स्वागत है जी सार्ड का मैक्सोज के ऑनलाइन प्लेटफॉर्म के उत्तर राजे सो वी हैव बिन टॉकिंग वी हैव बिन डिस्कसिंग अबाउट द केन्द्रिज रीडिंग्स सो अज उसे ही सीरीज केैक्सट रीडिंग लेके आए हैं so सो अज अपने को सैवनटीन टैसट फोर हैगा ठीक है सो so अजी अपनी जीडी रीडिंग हैगी इट इज़ सी सैवनटीन टैसट फोर ਠੀਕ ਹੈ ਸੋ ਆਪਣੀ ਰੀਡਿੰਗ ਦਾ ਨਾਮ ਹੈਗਾ ਬੈਟਸ ਟੂ ਰੈਸਕਿਊ ਤਾਂ ਸਾਨੂੰ ਪਤਾ ਇਹਦਾ ਜਿਹੜਾ ਫਰਸਟ ਸੈਕਸ਼ਨ ਹੁੰਦਾ ਹੈ ਉਹਦੇ ਵਿੱਚ ਆਪਣੇ ਕੋਲੇ 1 ਤੋਂ ਲੈ ਕੇ 13 ਕੁਐਸਚਨਸ ਹੁੰਦੇ ਨੇ ਸੋ ਅੱਜ ਆਪਾਂ ਜਿਹੜੇ ਹੈਗੇ ਆ ਫਰਸਟ 13 ਕੁਐਸਚਨਸ ਡਿਸਕਸ ਕਰਨੇ ਆ ਕੀ ਕੁਐਸਚਨਸ ਨੇ ਕਿ ਕਿੱਦਾਂ ਉਹਨਾਂ ਨੂੰ ਹੈਂਡਲ ਕਰਨਾ ਆ ਤੇ ਕਿੱਦਾਂ ਡਿਫਰੈਂਟ ਟਾਈਪ ਦੇ ਕੁਐਸਚਨਸ ਦੇ ਲਈ ਤੁਸੀਂ ਇੱਕ ਤਾਂ ਇਹ ਦੇਖਣਾ ਹੈਗਾ ਕਿ ਟਾਈਮ ਸੇਵ ਕਿੱਦਾਂ ਕਰਨਾ ਆ ਦੂਸਰੀ ਫੀਸ ਵਿੱਚ ਇਹ ਦੇਖਣੀ ਹੈਗੀ ਆ कि मेरा आंसर भी जी है मैं कीवर्ड्स नूज करके प्रा प्रिसाइस लोकेशन पर पहुँच पाव है ना सो पैराग्राफ स्टार्ट कराँ आप होंगे वी रीड द क्वेश्चन सो आप सब तो पहला अपने क्वेश्चन चैक करते हैं कि अपने कोे कि क्वेश्चन ने सो सैवन टू थर्टीन सो अपने कोशनस गए ओके ਸੋ ਥੀਸ ਆਰ ਆਰ ਕੁਐਸਚਨਸ ਤਾਂ ਉਹਨਾਂ ਨੇ ਕੀ ਦਿੱਤਾ ਹੋਇਆ ਸਾਨੂੰ ਟਰੂ ਫਾਲਸ ਨਾਟ ਗਿਵਨ ਤਾਂ ਹੁਣ ਆਪਾਂ ਨੂੰ ਪਤਾ ਹੈਗਾ ਟਰੂ ਫਾਲਸ ਨਾਟ ਗਿਵਨ ਦੇ ਕੁਐਸਚਨਸ ਕੀ ਹੁੰਦੇ ਆ ਬੇਸਿਕਲੀ ਲੌਜੀਕ ਓਰੀਐਂਟਡ ਹੁੰਦੇ ਆ ਆਪਣੇ ਗੱਲ ਦੇ ਪਿੱਛੇ ਦਾ ਲੌਜੀਕ ਦੇਖਣਾ ਹੁੰਦਾ ਹੈਗਾ ਐਂਡ ਦੈਨ ਵੀ ਗੋ ਕਿ ਇਹ ਆਨਸਰ ਜਿਹੜਾ ਹੈਗਾ ਟਰੂ ਆ ਫਾਲਸ ਆ ਨਾਟ ਗਿਵਨ ਆ ਕਿੱਦਾਂ ਆ ਹੈਨਾ ਸੋ ਆਪਣਾ ਫਰਸਟ ਕੁਐਸਚਨ ਹੈ many madagascan forests are being destroyed by the attacks from the insects ਤਾਂ ਉਹ ਕਹਿੰਦੇ ਬਹੁਤ ਸਾਰੇ ਹੁਣ ਦੇਖੋ ਇੱਥੇ ਜਿਹੜਾ ਮੈਡਾਗੈਸਕਨ ਫੋਰੈਸਟ ਹੈਗਾ ਆ ਆਪਣੇ ਕੋਲੇ ਕੀਵਰਡ ਆ ਹੁਣ ਦੇਖੋ ਫੋਰੈਸਟ ਨੇ ਇੱਕ ਤੋਂ ਜ਼ਿਆਦਾ ਨਹੀਂ ਉਹ ਕਹਿੰਦੇ ਜਿਹੜੇ ਮੈਡਾਗੈਸਕਨ ਫੋਰੈਸਟ ਹੈਗੇ ਆ ਉਹ ਡਿਸਟਰੋਏ ਕੀਤੇ ਜਾ ਰਹੇ ਆ ਕਾਦੇ ਦੁਆਰਾ ਅਟੈਕਸ ਫਰੋਮ ਦਾ ਇਨਸੈਕਟਸ ਠੀਕ ਹੈ ਸੋ ਆਪਣੇ ਕੋਲੇ ਕੀਵਰਡ ਕੀ ਹੈਗਾ ਮੈਡਾਗੈਸਕਨ ਫੋਰੈਸਟ ਅਟੈਕ ਫਰੋਮ ਦਾ ਇਨਸੈਕਟਸ ਹਨਾ ਦੂਸਰਾ ਮੈਂ ਇਹਦੇ ਚ ਪੜੂੰਗੀ ਮੈਂ ਪਹਿਲੇ ਦੋ ਕੁਐਸਚਨ ਪੜੂੰਗੀ ਹਮੇਸ਼ਾ ਟਰੂ ਫਾਲਸ ਦੇ ਕੇਸ ਦੇ ਵਿੱਚ ਜੇ ਫਸਟ ਪਲੇਸ ਤੇ ਤੁਹਾਡੇ ਕੋਲ ਟਰੂ ਫਾਲਸ ਆ ਗਏ ਤੋ ਦੋ ਕੁਐਸਚਨ ਪੜ੍ਹਾਇਆ ਕਰੋ ਕਿਉਂਕਿ ਜ਼ਿਆਦਾ ਚਾਂਸਸ ਹੁੰਦੇ ਆ ਕਿ ਪਹਿਲੇ ਜਾਂ ਦੂਜੇ 'ਚੋਂ ਇੱਕ ਤਾਂ ਨਾਟ ਗਿਵਨ ਆ ਹੀ ਜਾਂਦਾ ਹੈਗਾ ਆਪਣੇ ਕੋਲ। ਸੈਕੰਡ ਹੈਗਾ ਲਾਸ ਆਫ ਹੈਬਿਟੈਟ। ਹੈਬਿਟੈਟ ਕੀ ਹੋ ਗਿਆ ਜਿੱਥੇ ਕੋਈ ਚੀਜ਼ ਕੋਈ ਪੰਛੀ ਕੋਈ ਜਾਨਵਰ ਰਹਿੰਦਾ ਆ ਵਸੇਬਾ ਜਿਹਨੂੰ ਆਪਾਂ ਕਹਿ ਦਿੰਨੇ ਆ ਲਾਸ ਆਫ ਹੈਬਿਟੈਟ ਹੈਸ ਬੈਡਲੀ ਅਫੈਕਟਡ ਇਨਸੈਕਟਿਵੋਰਸ ਬੈਟਸ ਇਨ ਮੈਡਾਗਾਸਕਰ। ਇਨਸੈਕਟਿਵੋਰਸ ਜਿੱਦਾਂ ਆਪਾਂ ਕਰਦੇ ਆਂ ਕਾਰਨੀਵੋਰਸ ਹਨਾ ਜਿਹੜੇ ਮੀਟ ਖਾਂਦੇ ਆ ਹਰਬੀਵੋਰਸ ਜਿਹੜੇ ਆਪਾਂ ਕਹਿ ਸਕਦੇ ਹੈਗੇ ਆ ਕਿ ਜਿਹੜੇ ਸ਼ਾਕਾਹਾਰੀ ਆ ਇਨਸੈਕਟਿਵੋਰਸ ਕਿਹੜੇ ਹੋਗੇ ਜਿਹੜੇ ਇਨਸੈਕਟਸ ਨੂੰ ਖਾਂਦੇ ਆ ਕੀੜੇ ਮਕੌੜਿਆਂ ਨੂੰ ਖਾਂਦੇ ਆ ਉਹ ਕਹਿੰਦੇ ਕਿ ਲਾਸ ਆਫ ਹੈਬਿਟੈਂਟ ਜਿਹੜਾ ਹੈਗਾ ਉਹਨੇ ਬੈਡਲੀ ਅਫੈਕਟ ਕੀਤਾ ਆ ਕਿਹਨੂੰ ਬੈਡਲੀ ਅਫੈਕਟ ਕੀਤਾ ਆ ਇਨਸੈਕਟਿਵੋਰਸ ਬਾਟਸ ਨੂੰ ਕਿੱਥੇ ਮੈਡਾ ਗੈਸ ਕਰਦੇ ਵਿੱਚ ਠੀਕ ਹੈ ਸੋ ਆਪਨੇ ਕੋਲੇ ਦੋ ਕੁਐਸਚਨਸ ਹੋਗੇ ਜਿਹੜੇ ਆਪਾਂ ਧਿਆਨ ਚ ਰੱਖਣੇ ਹੈਗੇ ਆ ਨੈਕਸਟ ਸੀਗੇ ਜੀ ਤੁਹਾਡੇ ਕੋਲੇ ਫਿਲਿੰਦਾ ਬਲੈਂਕਸ ਆਈ ਗੈਸ ਹਨਾ ਤਾਂ ਇੱਥੇ ਆਪਾਂ ਇੱਕ ਤਾਂ ਗੱਲ ਆਧਿਆ ਰੱਖਣੀ ਆ ਵਨ ਵਰਡ ਓਨਲੀ ਹੋਣਾ ਚਾਹੀਦਾ ਹੁਣ ਤੁਸੀਂ ਦੇਖੋ ਕਾਫੀ ਚੀਜ਼ਾਂ ਹੈਗੀਆਂ ਜਿਹੜੀਆਂ ਛੱਡ ਕੇ ਇਹਨਾਂ ਨੇ ਆਪਾਂ ਨੂੰ ਫਿਲਿੰਦਾ ਬਲੈਂਕ ਪੁੱਛੀ ਆ ਹਨਾ ਜਿਵੇਂ ਈਮ ਮੈਥਡ ਹੁਣ ਜੇ ਮੈਨੂੰ ਉੱਥੇ ਕੋਈ ਈਮ ਦੀ ਡਿਸਕਸ਼ਨ ਕਰਨ ਦੇ ਹੋਣਗੇ ਤਾਂ ਮੈਂ ਉੱਥੇ ਉਹ ਪੈਰਾਗ੍ਰਾਫ ਨੂੰ ਇਮਿਟ ਕਰ ਦੂੰਗੀ ਕਿਉਂਕਿ ਮੇਰੀ ਫਿਲਿੰਦਾ ਬਲੈਂਕਸ ਕਿੱਥੇ ਹੈਗੀ ਆ ਮੈਥਡ ਵਾਲੇ ਹਨਾ ਹੁਣ ਜਿਵੇਂ ਇੱਥੇ ਵਰਡ ਦੇਖੋ ਡੀ ਐਨ ਏ ਐਨਾਲਿਸਿਸ DNA analysis of a bat ਆ ਮੇਰਾ ਕੀਵਰਡ ਹੈਗਾ DNA ਮੇਰਾ ਕੀਵਰਡ ਆ ਠੀਕ ਆ ਉਸ ਤੋਂ ਉੱਪਰ ਜਿਵੇਂ ਆ ਵਰਡ ਹੈਗਾ আল্ট্রਾਸোনিক ਹਨ আল্ট্রਾਸোনিক ਤੇ ਜਦੋਂ ਮੈਂ ਪਹੁੰਚ ਗਈ ਉਹ ਲਾਈਨ ਮੈਂ ਨਹੀਂ ਪੜੂੰਗੀ ਮੈਨੂੰ ਪਤਾ ਮੈਂ DNA ਵਾਲੀ ਲਾਈਨ ਲੱਭਣੀ ਹੈਗੀ ਆ so that would be irrelevant information ਠੀਕ ਹੈ so simply ਕੀ ਹੈ DNA analysis of a bat ਤਾਂ ਆਪਾਂ ਇਹਨੂੰ ਰੀਡ ਕਰਨਾ ਹੈਗਾ so ਆਪਾਂ ਚੱਲਦੇ ਹੈਗੇ ਆ तो वह की कहें देयर आर फ्यू प्लेसिज इन दर्ल्ड वेअर काफ़ी प्लेसि है कहें वर्ल्ड वेयर रिलेन बिटवीन एग्रीकल्चरल एंड कंजरवे आर मोर स्ट्रेनड जिथे एगरीकल्चरते जड़े है अपने को अपना की नंजरवेशन के जड़े है काफ़ी ज़्यादा प्रॉब्लमैटिक है मैडागैसकर फॉरैसट आर बीग कन्वर्ट टू एग्रीकल्चर लैंड एट अ रेट ऑफ वन परसेंट एवरी ईयर ਦਾ 1% ਜੰਗਲ ਹਰ ਸਾਲ ਕਾਦੇ ਚ ਬਦਲ ਰਿਹਾ ਆ ਖੇਤੀਯੁਗ ਭੂਮੀ ਚ ਬਦਲ ਰਿਹਾ ਕਿੱਥੇ ਮੈਡਾਗਾਸਕਰ ਦੇ ਵਿੱਚ ਮਚ ਆਫ ਥਿਸ ਡਿਸਟਰਕਸ਼ਨ ਇਜ਼ ਫਿਊਲਡ ਬਾਈ ਕਲਟੀਵੇਸ਼ਨ ਆਫ ਕੰਟਰੀਜ਼ ਮੇਨ ਸਟੇਪਲ ਕ੍ਰੌਪ ਸਟੇਪਲ ਫੂਡ ਯਾ ਸਟੇਪਲ ਕ੍ਰੌਪ ਰਾਜੇ ਉਹ ਵਾਲਾ ਫੂਡ ਹੁੰਦਾ ਆ ਜਿਹੜਾ ਸਭ ਤੋਂ ਜ਼ਿਆਦਾ ਕੰਜ਼ਿਊਮ ਕੀਤਾ ਜਾਂਦਾ ਜਿੱਦਾਂ ਮੈਂ ਕਹਾਂ ਵੀਟ ਹੈਨਾ ਰਾਈਸ ਇੱਕ ਹੀ ਨੇ ਸਟੇਪਲ ਫੂਡਸ ਨੇ ਪੰਜਾਬ ਦੇ ਵਿੱਚ ਜਿਹੜੇ ਸਭ ਤੋਂ ਜ਼ਿਆਦਾ ਕੰਜ਼ਿਊਮ ਕੀਤੇ ਜਾਂਦੇ ਆ ਉਹ ਕਹਿੰਦੇ ਕਿ ਮਚ ਆਫ ਦਿਸ ਡਿਸਟਰਕਸ਼ਨ ਫਿਊਲਡ ਬਾਈ ਫਿਊਲਡ ਮਤਲਬ ਮਤਲਬ ਇਸ ਡਿਸਟਰਕਸ਼ਨ ਦੇ ਵਿੱਚ ਇਨਕਰੀਸ ਕਾਦੇ ਦੁਆਰਾ ਆਇਆ ਕਲਟੀਵੇਸ਼ਨ ਆਫ ਸਟੇਪਲ ਕ੍ਰੌਪ ਜਿਹੜੀ ਕੀ ਹੈਗੀ ਆ ਰਾਈਸ ਤਾਂ ਮਤਲਬ ਕੈਨ ਦਾ ਇਹਨਾਂ ਦਾ ਕੀ ਹੈ ਵੀ ਚੌਲਗਾਉਣ ਵਾਸਤੇ ਲੋਕ ਜੰਗਲਾਂ ਨੂੰ ਕੱਟੀ ਜਾ ਰਹੇ ਆ ਠੀਕ ਹੈ ਐਂਡ ਅ ਕੀ ਰੀਜ਼ਨ ਫॉर ਦਿਸ ਡਿਸਟਰਕਸ਼ਨ ਇਸ ਥੈਟ ਉਹ ਕਹਿੰਦੇ ਕਿ ਜਿਹੜੀ ਡਿਸਟਰਕਸ਼ਨ ਹੈਗੀ ਆ ਡਿਸਟਰਕਸ਼ਨ ਕੀ ਹੋਗੀ ਜੰਗਲਾਂ ਦਾ ਘਟਣਾ ਉਦਾ ਕੀ ਰੀਜ਼ਨ ਕੀ ਹੈ ਇਨਸੈਕਟ ਪੈਸਟ ਆਰ ਡਿਸਟਰੋਇੰਗ ਵਾਸਟ ਕੁਆਂਟੀਟिज दैट ਇਸ ਗrown ਬਾਈ ਲੋਕਲ ਸਬਸਿਸਟੈਂਸ ਫਾਰਮਰਸ ਲੀਡਿੰਗ देम ਟੂ ਕਲੀਅਰ ਫੋਰੈਸਟ ਟੂ ਕ੍ਰੀਏਟ ਨਿਊ ਪੈਡੀ ਫੀਲਡਸ ਤਾਂ ਬੇਸਿਕਲੀ ਕੀ ਹੋ ਰਿਹਾ ਉਥੇ ਇੰਨੇ ਜ਼ਿਆਦਾ ਇਨਸੈਕਟਸ ਹੈਗੇ ਆ ਕਿ ਉਹ ਜਿਹੜੀ ਹੈਗੀ ਆ ਰਾਈਸ ਦੀ ਫਸਲ ਨੂੰ ਖਾ ਜਾਂਦੇ ਆ ਜਿਹਦੇ ਕਰਕੇ ਫਾਰਮਰਸ ਨੂੰ ਨਵੀਂ ਲੈਂਡ ਕਲੀਅਰ ਕਰਨੀ ਪੈਂਦੀ ਹੈਗੀ ਆ ਟੂ ਕਵਰ ਦਾ ਕਾਸਟ ਠੀਕ ਹੈ this result is devastating habitat and biodiversity loss ਆਪਾਂ ਹੈਬਿਟੈਟ ਵਰਡ ਪੜਿਆ ਸੀ ਹਨਾ ਹੈਬਿਟੈਟ ਐਂਡ ਬਾਇਓਡਾਈਵਰਸਿਟੀ ਲਾਸ ਇਨ ਦਾ ਆਈਲੈਂਡ ਬਟ ਨਾਟ ਆਲ ਸਪੀਸੀਜ਼ ਆਰ ਸਫਰਿੰਗ ਉਹ ਕਹਿੰਦੇ ਸਾਰੀਆਂ ਸਪੀਸੀਜ਼ ਸਫਰ ਨਹੀਂ ਕਰ ਰਹੀਆਂ ਇਨ ਫੈਕਟ ਸਮ ਆਫ ਦਾ ਇਨਸੈਕਟਿਵੋਰਸ ਬਾਟਸ ਇਨਸੈਕਟਿਵੋਰਸ ਕੀ ਹੋ ਗਿਆ ਆਪਣੇ ਕੋਲ ਆਪਣਾ ਕੀਵਰਡ ਉਹ ਕਹਿੰਦੇ ਕਿ ਪੋਸ਼ਕ ਜਿਹੜਾ ਹੈਗਾ ਇਨਸੈਕਟਿਵੋਰਸ ਬੈਟਸ ਹੈ ਗਿਆ ਆਰ ਕਰੰਟਲੀ ਥਰਾਈਵਿੰਗ ਥਰਾਈਵਿੰਗ ਹੁੰਦਾ ਕਿ ਵਾਧ ਫੁੱਲ ਰਹੇ ਆ ਠੀਕ ਹੈ ਉਹ ਕਹਿੰਦੇ ਕਿ ਕੋਸ਼ਕ ਜਿਹੜੇ ਹੈਗੇ ਆ ਇਨਸੈਕਟਿਵੋਰਸ ਬੈਟਸ ਉਹ ਕੀ ਆ ਉਹ ਵਾਧ ਫੁੱਲ ਰਹੇ ਆ ਐਂਡ ਥਿਸ ਹੈਜ਼ ਇੰਪੋਰਟੈਂਟ ਇੰਪਲੀਕੇਸ਼ਨਸ ਫਾਰ ਫਾਰਮਰਸ ਐਂਡ ਕਨਜ਼ਰਵੇਟਿਵਸ ਹੈ ਨਾ ਤੋ ਉਹ ਕਹਿੰਦੇ ਕਿ ਜਿਹੜੇ ਕਨਜ਼ਰਵ ਕਰਨ ਵਾਲੇ ਲੋਕ ਹੈਗੇ ਆ ਫਾਰਮਰਸ ਹੈਗੇ ਆ ਉਹਦੇ ਵਾਸਤੇ ਇਹਦੀਆਂ ਇੰਪੋਰਟੈਂਟ ਐਪਲੀਕੇਸ਼ਨਸ ਨੇ ਹੁਣ ਦੇਖੋ ਇੱਥੇ ਧਿਆਨ ਦਿਓ ਹੈਬਿਟੈਟ ਐਂਡ ਬਾਇਓਡਾਈਵਰਸਿਟੀ ਲਾਸ ਹੋ ਰਿਹਾ ਆ ਪਰ ਸਾਰੀਆਂ ਸਪੀਸੀਜ਼ ਇਹਦੇ ਦੁਆਰਾ ਕੀ ਨਹੀਂ ਹੋਈਆਂ ਪਰ ਮਤਲਬ ਸਫਰ ਨਹੀਂ ਕਰ ਰਹੀਆਂ ਸਾਰੀਆਂ ਸਪੀਸੀਜ਼ ਸਫਰ ਨਹੀਂ ਕਰ ਰਹੀਆਂ ਤੇ ਜਿਹੜੀ ਇਨਸੈਕਟਿਵੋਰਸ ਬੈਟਸ ਹੈਗੇ ਆ ਉਹ ਤਾਂ ਕਹਿੰਦੇ ਉਹ ਤੇ ਥਰਾਈਵ ਕਰ ਰਹੇ ਆ ਉਹ ਤਾਂ ਵੱਧ ਫੁੱਲ ਰਹੇ ਹੈਗੇ ਆ ਕਾਦੀ ਵਜਾ ਕਰਕੇ ਹੈਬਿਟੈਟ ਲਾਸ ਦੀ ਵਜਾ ਕਰਕੇ ਤੇ ਆਪਣਾ ਕੁਐਸਚਨ ਦੇਖੋ ਮੈਨੀ ਮੈਡਾਗੈਸਕਰ ਫੋਰੈਸਟ ਆਰ ਬੀਂਗ ਡਿਸਟਰੋਇਡ ਬਾਈ ਦਾ ਅਟੈਕਸ ਆਫ ਦਾ ਇਨਸੈਕਟ ਪਹਿਲਾ ਹੁਣ ਦੇਖੋ ਉਹ ਕਹਿੰਦੇ ਜਿਆਦਾਤਰ ਜਿਹੜਾ ਹੈਗਾ ਫੋਰੈਸਟ ਹੈਗਾ ਡਿਸਟਰੋਏ ਕੀਤੇ ਜਾ ਰਿਹਾ ਅਟੈਕਸ ਫਰੋਮ ਦਾ ਇਨਸੈਕਟਸ ਜਦ ਕਿ ਆਪਾਂ ਕੀ ਕਿਹਾ ਸੀ ਹਰ ਸਾਲ 1% ਫੋਰੈਸਟ ਕੀ ਹੋ ਰਿਹਾ ਹੈਗਾ ਫਾਰਮਿੰਗ ਲੈਂਡ ਚ ਕਨਵਰਟ ਹੋ ਰਿਹਾ ਆ ਕਿਹਦੇ ਦੁਆਰਾ ਫਾਰਮਰਸ ਦੁਆਰਾ ਕਿ ਉਹ ਇਨਸੈਕਟਸ ਡਿਸਟਰੋਏ ਕਰਦੇ ਆ ਨਹੀਂ ਉਹ ਕੌਣ ਡਿਸਟਰੋਏ ਕਰ ਰਿਹਾ ਫਾਰਮਰਸ ਡਿਸਟਰੋਏ ਕਰ ਰਹੇ ਆ ਤਾਂ ਹੋ ਕੀ ਰਿਹਾ ਆ ਫਾਰਮਰਸ ਦੀਆਂ ਕ੍ਰੋਪਸ ਨੂੰ ਇਨਸੈਕਟਸ ਡਿਸਟਰੋਏ ਕਰ ਰਹੇ ਆ ਇਹਦੇ ਬਦਲੇ ਚ ਫਾਰਮਰਸ ਕੀ ਕਰ ਰਹੇ ਆ ਜੰਗਲਾਂ ਨੂੰ ਡਿਸਟਰੋਏ ਕਰਕੇ ਉੱਥੇ ਐਗਰੀਕਲਚਰ ਲੈਂਡ ਬਣਾ ਰਹੇ ਆ ਠੀਕ ਹੈ ਲਾਸ ਆਫ ਹੈਬਿਟੈਟ ਹੈਸ ਬੈਡਲੀ ਅਫੈਕਟਡ ਇਨਸੈਕਟਿਵੋਰਸ ਬੈਟ ਉਹ ਕਹਿੰਦੇ ਕਿ ਇਹਨੇ ਬੈਡਲੀ ਇਫੈਕਟ ਕੀਤਾ ਜੀ ਨਹੀਂ ਇਹ ਤਾਂ ਬੜੇ ਮਜ਼ੇ ਚ ਰਹਿ ਰਹੇ ਆ ਤੇ ਬੜਾ ਥਰਾਈਵ ਕਰ ਰਹੇ ਆ ਆਪਣੇ ਕੋਲ ਆਨਸਰ ਕੀ ਆ ਗਿਆ ਸੈਕਿੰਡ ਕੁਐਸਚਨ ਦਾ ਫਾਲਸ ਨੈਕਸਟ ਦੇਖੋ ਹੁਣ ਦੇਖੋ ਰਿਚਾਰਡ ਔਰ ਰੋਚਾ ਆਪਣੇ ਕੋਲੇ ਨਾਮ ਹੈਗਾ ਕੀਵਰਡ ਆ ਹੈਜ਼ ਕੈਰੀਡ ਆਊਟ ਸਟੱਡੀਜ਼ ਆਫ ਬੈਟ ਬੈਰਟ ਇਨ ਡਿਫਰੈਂਟ ਪਾਰਟਸ ਆਫ ਦ ਵਰਲਡ ਆ ਕੀ ਆਪਨੇ ਕੋਲੇ ਕੀਵਰਡ ਉਹਨੇ ਦੁਨੀਆ ਦੇ ਵੱਖਰੇ ਵੱਖਰੇ ਹਿੱਸਿਆਂ ਦੇ ਵਿੱਚ ਇਹ ਸਟਡੀ ਕੰਟੀਨਿਊ ਕੀਤੀ ਆ ਠੀਕ ਹੈ ਨੈਕਸਟ ਦੇਖੋ ਹੈਬਿਟੈਟ ਮੋਡੀਫਿਕੇਸ਼ਨ ਮੋਡੀਫਿਕੇਸ਼ਨ ਕੀ ਹੋ ਗਿਆ ਇੱਥੇ ਮੋਡੀਫਿਕੇਸ਼ਨ ਕਰਾਉਣੀ ਆ ਜੀ ਕਾਰਜ ਚੇਂजेस ਕਰਾਉਣੇ ਆ ਠੀਕ ਹੈ ਕੋਈ ਚੀਜ਼ ਚੇਂਜ ਕਰਾਉਣੀ ਹੈਗੀ ਆ ਕੋਈ ਅਲਟਰੇਸ਼ਨ ਕਰਾਉਣੀ ਆ ਉਹ ਕਹਿੰਦੇ ਹੈਬਿਟੈਟ ਮੋਡੀਫਿਕੇਸ਼ਨ ਹੈਸ ਰਿਜ਼ਲਟਡ ਇਨ ਇਨਡੀਜਨਸ ਬੈਟਸ ਇਨਡੀਜਨਸ ਹੁੰਦੇ ਆ ਰਾਜੇ ਕਿਤੋਂ ਦੇ ਲੋਕਲ ਉਥੋਂ ਦੇ ਰਹਿਣ ਵਾਲੇ ਜਿਹੜੇ originally ਕਿਤੋਂ ਦੇ ਹੈਗੇ ਆ ਮੈਡਾਗਾਸਕਰ ਦੇ ਹੈਗੇ ਆ ਉਹਨਾਂ ਬੈਟਸ ਦੀ ਗੱਲ ਕਰ ਰਿਹਾ ਹੈ ਹੈਬਿਟਾਟ ਮੋਡੀਫਿਕੇਸ਼ਨ ਹੈਜ਼ ਰਿਜ਼ਲਟਡ ਇਨ ਇਨਡੀਜਨਸ ਬੈਟਸ ਇਨ ਮੈਡਾਗਾਸਕਰ ਬਿਕਮਿੰਗ ਯੂਸਫੁਲ ਟੂ ਫਾਰਮਰਸ ਤੋ ਕਹਿੰਦੇ ਜਿਹੜੇ ਹੈਬਿਟਾਟ ਦੇ ਵਿੱਚ ਚੇਂਜਸ ਆ ਰਹੇ ਆ ਉਹਦੇ ਕਰਕੇ ਜਿਹੜੇ ਉਥੋਂ ਦੇ ਲੋਕਲ ਬੈਟਸ ਹੈਗੇ ਆ ਉਹ ਕੀ ਹੋ ਰਹੇ ਹੈਗੇ ਆ ਯੂਸਫੁਲ ਹੋ ਰਹੇ ਹੈਗੇ ਆ ਕਾਦੇ ਆਸਤੇ ਫਾਰਮਰਸ ਵਾਸਤੇ ਤਾਂ ਇੱਕ ਤਾਂ ਪਰਸਨ ਹੈਗਾ ਜਿਹਨੇ ਦੁਨੀਆ ਦੇ ਵੱਖਰੇ ਵੱਖਰੇ ਹਿੱਸਿਆਂ ਚ ਬੈਟਸ ਦੀ ਸਟੱਡੀ ਕੀਤੀ ਆ ਦੂਸਰਾ ਆਪਾਂ ਕੀ ਕਰਨਾ ਆ ਹੈਡਿੰਗ ਸੌਰੀ ਹੈਬਿਟਾਟ ਦੇ ਵਿੱਚ ਜਿਹੜਾ ਚੇਂਜ ਆ ਰਿਹਾ ਆ ਉਹ ਕੀ ਕਰ ਰਿਹਾ ਯੂਸਫੁਲ ਬਣਾ ਰਿਹਾ ਬੈਟਸ ਨੂੰ ਕਿਹਦੇ ਵਾਸਤੇ ਫਾਰਮਰਸ ਵਾਸਤੇ ਠੀਕ ਹੈ ਜੀ ਤਾਂ ਆਪਾਂ ਪੜਦੇ ਅੱਗੇ ਕੀ ਕਹਿੰਦੇ ਆ ਉਹ ਕਹਿੰਦੇ ਐਂਟਰ ਦਾ ਹੁਣ ਦੇਖੋ ਰਜੇ ਆ ਜਿੱਦਾਂ ਆ ਯੂਨੀਵਰਸਿਟੀ ਆਫ ਕੈਂਬਰੇਜ ਜੀਓਲੋਜੀ ਹੁਣ ਬਸ ਸਾਨੂੰ ਕੀਵਰਡ ਤੇ ਆ ਗਿਆ ਆ ਕੁਛ ਨਹੀਂ ਪੜਨਾ ਇਹਦੇ ਉੱਪਰ ਦੀ ਬਸ ਤੁਹਾਡੀ ਫਿੰਗਰ ਜਾਣੀ ਚਾਹੀਦੀ ਆ ਹੀ ਇਜ਼ ਪੈਸ਼ਨੇਟ ਅਬਾਊਟ ਦਾ ਕਨਜ਼ਰਵੇਸ਼ਨ ਐਂਡ ਆਫ ਐਨ ਬੈਟਸ ਉਹ ਕਨਜ਼ਰਵੇਸ਼ਨ ਤੇ ਬੈਟਸ ਨੂੰ ਲੈ ਕੇ ਬੜਾ ਪੈਸ਼ਨੇਟ ਹੈਗਾ ਮਤਲਬ ਬੜਾ ਆਈਟ ਸੇ ਹੀ ਆ ਇੰਟਰਸਟਿਡ ਹੈ ਬੇਸਿਕਲੀ ਠੀਕ ਹੈ ਅ ਮੋਰ ਸਪੈਸੀਫਿਕਲੀ ਹੀ ਇਸ ਇੰਟਰਸਟਿਡ ਇਨ ਹਾਊ ਬੈਟਸ ਆਰ ਰਿਸਪੌਂਡਿੰਗ ਟੂ ਹਿਊਮਨ ਐਕਟੀਵਿਟੀ ਐਂਡ ਡੀਫੋਰੈਸਟੇਸ਼ਨ ਇਨ ਪਾਰਟਿਕੂਲਰ ਰੋਚਾਸ ਨਿਊ ਸਟੱਡੀ ਸ਼ੋਜ਼ ਥੈਟ ਹੁਣ ਦੇਖੋ ਉਹ ਬੰਦਾ ਇੰਟਰਸਟਿਡ ਕਾਦੇ ਚ ਹੈ ਡੀਫੋਰੈਸਟੇਸ਼ਨ ਤੇ ਹਿਊਮਨ ਐਕਟੀਵਿਟੀਆਂ ਨੂੰ ਬੈਟਸ ਕਿਦਾਂ ਰਿਸਪੌਂਡ ਕਰ ਰਹੇ ਆ ਕੀ ਉਹਨਾਂ ਦਾ ਰਿਸਪੌਂਸ ਪੋਜ਼ਿਟਿਵ ਆ ਰਿਹਾ ਕਿ ਉਹਨਾਂ ਦਾ ਨੰਬਰਸ ਵਧ ਰਹੇ ਆ ਘਟ ਰਹੇ ਆ ਬੈਟਸ ਕਿਦਾਂ ਰਿਸਪੌਂਸ ਕਰ ਰਹੇ ਆ ਡੀਫੋਰੈਸਟੇਸ਼ਨ ਨੂੰ ਤੇ ਕਾਸ ਨੂੰ ਲੈ ਕੇ ਹਿਊਮਨ ਐਕਟੀਵਿਟੀ ਨੂੰ ਰੋਚਾਸ ਨਿਊ ਸਟਡੀ ਸ਼ੋਜ਼ ਦੈਟ ਸੈਵਰਲ ਸਪੀਸੀਜ਼ ਆਫ ਬੈਟਸ ਬਹੁਤ ਸਾਰੀਆਂ ਸਪੀਸੀਜ਼ ਬੈਟਸ ਦੀਆਂ ਆਰ ਗਿਵਿੰਗ ਮੈਡਾਗਾਸਕਰਸ ਰਾਈਸ ਫਾਰਮਰਸ ਅ ਵਾਈਟਲ ਪੈਸਟ ਕੰਟਰੋਲ ਸਰਵਿਸ ਬਾਈ ਫੀਸਟਿੰਗ ਔਨ ਪਲੇਗਸ ਆਫ ਇਨਸੈਕਟਸ ਤਾਂ ਉਹ ਕੀ ਕਹਿੰਦਾ ਉਹ ਕਹਿੰਦਾ ਕਿ ਮੈਂ ਕਾਦੇ ਤੇ ਕੰਮ ਕਰ ਰਿਹਾ ਜਿਹੜਾ ਰੋਚਾ ਪਰਸਨ ਹੈਗਾ ਉਹ ਕਾਦੇ ਤੇ ਕੰਮ ਕਰ ਰਿਹਾ ਉਹ ਦੇਖੋ ਰਿਸਪੌਂਡ ਤੇ ਕੰਮ ਕਰ ਰਿਹਾ ਕੀ ਦਾ ਬੈਟਸ ਦਾ ਕਾਦੇ ਤੇ ਹਿਊਮਨ ਐਕਟੀਵਿਟੀ ਦੀ ਵਜਾ ਕਰਕੇ ਤੇ ਡੀਫੋਰੈਸਟੇਸ਼ਨ ਦੀ ਵਜਾ ਕਰਕੇ ਹੁਣ ਦੇਖੋ ਡੀਫੋਰੈਸਟੇਸ਼ਨ ਕੀ ਹੋ ਗਿਆ ਹੈਬਿਟੈਟ ਲਾਸ ਕਿਉਂਕਿ ਆਪਾਂ ਕੀ ਕਹਿ ਰਹੇ ਹਾਂ ਜੰਗਲਾਂ 'ਚ ਜਿਹੜੇ ਬੈਟਸ ਰਹਿੰਦੇ ਆ ਉਹਦੀ ਗੱਲ ਕਰ ਰਹੇ ਹਾਂ ਹਨਾ ਆਪਾਂ ਉਹ ਕਹਿੰਦੇ ਕਿ ਇਹਦੀ ਸਟੱਡੀ ਨੇ ਕੀ ਸ਼ੋ ਕੀਤਾ ਕਿ ਕਾਫੀ ਸਾਰੀਆਂ ਸਪੀਸੀਸ ਜਿਹੜੀਆਂ ਬੈਟਸ ਦੀਆਂ ਆਰ ਗਿਵਿੰਗ ਰਾਈਸ ਫਾਰਮਰਸ ਅ ਵਾਈਟਲ ਪੈਸਟ ਕੰਟਰੋਲ ਪੈਸਟ ਕੰਟਰੋਲ ਪੈਸਟ ਨੂੰ ਕੰਟਰੋਲ ਕਰ ਰਹੇ ਆ ਮਤਲਬ ਕੀੜੇ ਮਕੌੜਿਆਂ ਨੂੰ ਖਾ ਰਹੇ ਆ ਤਾਂ ਫਾਰਮਰਸ ਦੀ ਕੀ ਕਰ ਰਹੇ ਆ ਹੈਲਪ ਕਰ ਰਹੇ ਆ ਠੀਕ ਹੈ ਐਂਡ ਥਿਸ ਹੀ ਬਲੀਵਸ ਕੈਨ ਈਜ਼ ਫਾਈਨੈਂਸ਼ੀਅਲ ਪ੍ਰੈਸ਼ਰ ਔਨ ਫਾਰਮਰਸ to turn the forest into the fields ta hun jehde farmers hai gaya financial obligations di vaja karke jehde forest nu fields convert kar rahe hai par oh kehnde ki eh cheez kaat sakdi hai kadon kaat sakdi hai gaya jadon bats ohna di help karan kaade vich pest control de vich hun dekho itthe kithe nahi kiah gaya ki oh bande ne research kithe kiti hai sirf inna kiah gaya ki oh bande nu interest hega ਕਾਦੇ ਉੱਤੇ ਇੱਕ ਤਾਂ ਕਨ ਸਰਵੇਸ਼ਨ ਤੇ ਇੱਕ ਬੈਟਸ ਦੇ ਤੇ ਜਿਆਦਾ ਸਪੈਸੀਫਿਕਲੀ ਉਹ ਕਾਦੇ ਚ ਇੰਟਰਸਟਿਡ ਹੈ ਕਿ ਬੈਟਸ ਕਿਦਾਂ ਰਿਸਪੌਂਸ ਕਰ ਰਿਹਾ ਹੈ ਆਪਣਾ ਹੈਬਿਟੈਟ ਲਾਸ ਨੂੰ ਲੈ ਕੇ ਜਿਹਨੂੰ ਕੀ ਇਹਨਾਂ ਨੇ ਕੀਵਰਡ ਹੈ ਡੀ ਫੋਰੈਸਟੇਸ਼ਨ ਨੂੰ ਲੈ ਕੇ ਤੇ ਹਿਊਮਨ ਐਕਟੀਵਿਟੀ ਨੂੰ ਲੈ ਕੇ ਹੁਣ ਤੁਸੀਂ ਦੇਖੋ ਤੁਹਾਡੇ ਨੈਕਸਟ ਦੋਨੋ ਕੁਐਸਚਨਸ ਡਾਊਨ ਹੋ ਗਏ ਰਿਚਰਡ ਹੈਜ਼ ਕੈਰੀਡ ਆਊਟ ਸਟੱਡੀਜ਼ ਇਨ ਆਫ ਬੈਟਸ ਇਨ ਡਿਫਰੈਂਟ ਪਾਰਟਸ ਆਫ ਦਾ ਵਰਲਡ ਡਿਫਰੈਂਟ ਪਾਰਟਸ ਆਫ ਵਰਲਡ ਦੀ ਆਪਾਂ ਗੱਲ ਨਹੀਂ ਕੀਤੀ ਆਨਸਰ ਇਜ਼ ਨਾਟ ਗਿਵਨ habitat modification habitat modification deforestation has resulted in indigenous bats local bats madagascar to become useful to the farmers true useful ਕਿਦਾਂ ਬਣ ਗਏ ਪੈਸਟ ਕੰਟਰੋਲ ਚ ਹੈਲਪ ਕਰ ਰਹੇ ਆ ਜੇ ਪੈਸਟ ਕੰਟਰੋਲ ਚ ਹੈਲਪ ਕਰ ਰਹੇ ਆ ਤਾਂ ਸਹਾਇਤਾ ਕਰ ਰਿਹਾ ਜੇ ट्रू ਫਾਲਸ ਦੇ ਆਨਸਰ ਕਦੇ ਵੀ ਸਿੱਧੇ ਲਾਈਨ ਚ ਨਹੀਂ ਦਿੱਤੇ ਹੁੰਦੇ ਯੂ ਹੈਵ to make a sense out of your paragraph and then only you'd be able to handle that thing okay so us to baad dekho oh kehnde da mahala gay si mouse eared bat aap koi mouse eared bat hega theek a ta apne kole koi bat di ki hai gaya kisi kisam di gal kar rahe hai kisi prajati da naam de rahe hai gaya ਇਸ ਮੋਰ ਕਾਮਨ ਦੈਨ ਅਦਰ ਇੰਡੀਜਨਸ ਬੈਟ ਸਪੀਸੀਜ਼ ਇਨ ਮੈਡਾਗਾਸਕਰ ਉਹ ਕਹਿੰਦੇ ਕਿ ਆ ਬੈਟ ਜ਼ਿਆਦਾ ਕਾਮਨ ਹੈ ਜ਼ਿਆਦਾ ਪਾਇਆ ਜਾਂਦਾ ਕਿਸੇ ਵੀ ਹੋਰ ਸਪੀਸੀਜ਼ ਨਾਲੋਂ ਠੀਕ ਹੈ ਬੈਟਸ ਮੇ ਫੀਡ ਔਨ ਪੈਡੀ ਸਵਾਰਮਿੰਗ ਕੈਟਾਪਿਲਰਸ ਐਂਡ ਗ੍ਰਾਸ ਵੈਬਸ ਤਾਂ ਬੇਸਿਕਲੀ ਇੱਥੇ ਕੀ ਹੈਗੇ ਆ ਉਹਨਾਂ ਦੇ ਫੂਡ ਦੀ ਗੱਲ ਕੀਤੀ ਗਈ ਆ ਕਿ ਬੈਟ ਕਿਦਾਂ ਦਾ ਫੂਡ ਕੰਜ਼ਿਊਮ ਕਰਦੇ ਆ ਮਤਲਬ ਕਿਦਾਂ ਦੇ ਇਨਸੈਕਟਸ ਨੂੰ ਖਾਂਦੇ ਆ ਹਨਾ ਕੀੜੇ ਮਕੌੜਿਆਂ ਦੇ ਨਾਮ ਦੱਸਦੇ ਹੁਣ ਦੇਖੋ ਉਹ ਕਹਿੰਦੇ ਬੈਟ ਕੰਪਰਾਈਜ਼ ਰਫਲੀ ਬੈਟ ਕੰਪਰਾਈਜ਼ ਰਫਲੀ 1/5 1/5 ਕਿੰਨਾ ਹੋ ਗਿਆ 25 ਸੌਰੀ uh, 20% ਹਨਾ 1/5 ਕਿੰਨਾ ਹੋ ਗਿਆ ਆਪਣੇ ਕੋਲ 20% ਆਫ 올 ਮੈਮਲ ਸਪੀਸੀਜ਼ ਇਨ ਮੈਡਾਗਾਸਕਰ ਐਂਡ 36 ਰਿਕਾਰਡਡ ਬੈਟ ਸਪੀਸੀਜ਼ ਆਰ ਨੇਟਿਵ ਉਹ ਕਹਿੰਦੇ 36 ਪ੍ਰਜਾਤੀਆਂ ਨੇ ਬੈਟਸ ਦੀਆਂ ਜਿਹੜੀਆਂ ਅਸੀਂ ਰਿਕਾਰਡ ਕੀਤੀਆਂ ਨੇ 메ਕਿੰਗ ਵਨ ਆਫ ਦਾ ਮੋਸਟ ਇੰਪੋਰਟੈਂਟ ਰੀਜਨ ਫਾਰ ਦਾ ਕਨਜ਼ਰਵੇਸ਼ਨ ਆਫ ਦਿਸ ਐਨੀਮਲ ਗਰੁੱਪ ਉਹ ਕਹਿੰਦੇ ਇਹਦੇ ਕਰਕੇ ਜਿਹੜਾ ਇਹ ਰੀਜਨ ਹੈਗਾ ਬਹੁਤ ਇੰਪੋਰਟੈਂਟ ਹੋ ਗਿਆ ਕਾਦੇ ਵਾਸਤੇ ਬੈਟਸ ਨੂੰ ਕਨਜ਼ਰਵ ਕਰਨ ਵਾਸਤੇ ਕੋ ਲੀਡਿੰਗ ਐਂਡ ਇੰਟਰਨੈਸ਼ਨਲ ਟੀਮ ਆਫ ਸਾਇੰਟਿਸਟਸ ਰੋਚਾ ਫਾਊਂਡ देयर ਥੈਟ severl species of indigenous bats are taking advantage of havdik ਆ ਦੇਖੋ ਦੁਬਾਰਾ ਫੇਰ ਉਹੀ ਗੱਲ ਕੀਤੀ ਹੈ ਕਿ ਇਹ ਵਾਲੀਆਂ ਜਿਹੜੀਆਂ ਪ੍ਰਜਾਤੀਆਂ ਨੇ ਉਹ ਹੈਬਿਟਾਟ ਮੋਡੀਫਿਕੇਸ਼ਨ ਦਾ ਕੀ ਕਰ ਰਹੀਆਂ ਨੇ ਐਡਵਾਂਟੇਜ ਲੈ ਰਹੀਆਂ ਨੇ ਟੂ ਹੰਟ ਇਨਸੈਕਟਸ ਸਵਾਮਿੰਗ ਅਬოვ ਦਾ ਕੰਟਰੀਜ਼ ਰਾਈਸ ਦੇਸ਼ ਦੇ ਜਿਹੜੇ ਚੌਲਾਂ ਦੇ ਵਿੱਚ ਜਿਹੜੇ ਹੈਗੇ ਆ ਆਪਣੇ ਇਨਸੈਕਟ ਪਾਏ ਜਾਂਦੇ ਆ ਉਹਨਾਂ ਨੂੰ ਕੀ ਕਰ ਰਿਹਾ ਉਹ ਹੰਟ ਕਰ ਰਿਹਾ ਮਤਲਬ ਖਾ ਰਿਹਾ ਫੀਲਸ ਦੇ ਇਨਕਲੂਡ ਮੈਲਾ ਗੈਸ ਕੀ ਮਾਊਸ ਈਅਰਡ ਬੈਟ ਕੀਵਰਡ ਤੇ ਆ ਗਿਆ ਜੀ ਮਾਊਸ ਈਅਰਡ ਬੈਟ ਹੁਣ ਆਪਾਂ ਇਹ ਦੇਖਣਾ ਹੈ ਕਿ ਇਹ ਸਭ ਤੋਂ ਜ਼ਿਆਦਾ ਪਾਈ ਜਾਣ ਵਾਲੀ ਪ੍ਰਜਾਤੀ ਹੈਗੀ ਆ ਮੇਜਰ ਲੌਂਗ ਫਿੰਗਰਡ ਬੈਟ ਲੌਂਗ ਫਿੰਗਰ ਫਿੰਗਰ ਕੀ ਹੋ ਗਿਆ ਉਂਗਲਾਂ ਜੀ ਮਤਲਬ ਜਿਹੜੀਆਂ ਉਹ ਬੈਟ ਦੇ ਪੈਰ ਦੀਆਂ ਉਂਗਲਾਂ ਦੀਆਂ ਲੰਮੀਆਂ ਉਂਗਲਾਂ ਹੈਗੀਆਂ ਇਹਦੀਆਂ ਮੈਲਾ ਗਿਆ ਸੀ ਵਾਈਟ ਬੈਲਡ ਪ੍ਰੀ ਟੇਲਡ ਬੈਟ ਐਂਡ ਪੈਸਟਰਸ ਰਿੰਕਲ ਲਿਪਡ ਬੈਟ ਠੀਕ ਹੈ ਹੁਣ ਇਹ ਕੀ ਹੈਗਾ ਫੋਰ ਪ੍ਰਜਾਤੀਆਂ ਦੇ ਨਾਮ ਦੱਸਿਆ ਇਨਕਲੂਡ ਪਹਿਲੀ ਪ੍ਰਜਾਤੀ ਦੂਜੀ ਲੌਂਗ ਫਿੰਗਰ ਤੀਜੀ ਪ੍ਰਜਾਤੀ ਦਿਸ ਫੋਰਥ ਪ੍ਰਜਾਤੀ ਆਹ ਮਤਲਬ ਚਾਰ ਲਈ ਪ੍ਰਜਾਤੀਆਂ ਦੇ ਨਾਮ ਦੱਸਿਆ ਹੁਣ ਦੇਖੋ ਆਪਣਾ ਕੁਐਸਚਨ ਕੀ ਕਹਿ ਰਿਹਾ ਸੀਗਾ ਆਪਣਾ ਕੁਐਸਚਨ ਕਹਿ ਰਿਹਾ ਸੀ ਕਿ ਜਿਹੜਾ ਮਾਊਸ ਇਅਰਡ ਬਾਟ ਹੈਗਾ ਉਹ ਮੋਰ ਕਾਮਨ ਹੈ ਬਾਕੀਆਂ ਨਾਲੋਂ ਜਿਆਦਾ ਕਾਮਨ ਕਿਹੜਾ ਘੱਟ ਕਾਮਨ ਕਿਹੜਾ ਇਹਦੀ ਗੱਲ ਹੀ ਨਹੀਂ ਕੀਤੀ ਉਹਨੇ ਸਿੰਪਲ ਚਾਰ ਪ੍ਰਜਾਤੀਆਂ ਦੇ ਨਾਮ ਲਿਖਿਆ ਤੋ ਆਪਣੇ ਕੋਲੇ ਕਾਮਨ ਵਾਲੀ ਗੱਲ ਕਰਕੇ ਕਾਮਨ ਵਰਡ ਕਰਕੇ ਆਪਾਂ ਇਹਦਾ ਮੋਰ ਕਾਮਨ ਵਰਡ ਕਰਕੇ ਆਪਾਂ ਇਹਦਾ ਆਨਸਰ ਕੀ ਲਾਇਆ ਨਾਟ 기ਵਨ ਕਿ ਸਾਨੂੰ ਨਹੀਂ ਪਤਾ ਕਿ ਜਿਹੜੀ ਪ੍ਰਜਾਤੀ ਦੀ ਗੱਲ ਕਰ ਰਹੇ ਆ ਉਹ ਜ਼ਿਆਦਾ ਕਾਮਨ ਹੈ ਉਹ ਘੱਟ ਕਾਮਨ ਹੈ ਕਿਦਾਂ ਦਾ ਸਿਨੈਰੀਓ ਵੀ ਡੋਨਟ ਨੋ ਇਟ ਏਟ ਰਾਈਟ ਬੈਟਸ ਮੇ ਫੀਡ ਔਨ ਪੈਡੀ ਸਵੈਰਿੰਗ ਹੁਣ ਆਪਾਂ ਦੇਖਣਾ ਹੈ ਕਿ ਮੇਲ ਬੈਟ ਫੀਡ ਕਰ ਸਕਦੇ ਆ ਹਨਾ ਮੇ ਹੁਣ ਬੈਟ ਫੀਡ ਔਨ ਬੈਟ ਫੀਡ ਕਰਦੇ ਆ ਕਰਦੇ ਆ ਤੇ ਕਰ ਸਕਦੇ ਆ ਹਨਾ ਇਹਦਾ ਧਿਆਨ ਰੱਖਣਾ ਮੇ ਤੁਹਾਡੇ ਕੋਲ ਇੱਕ ਹੈਜ ਵਰਡ ਲਾਇਆ ਹੋਇਆ ਉਹਨਾਂ ਨੇ ਹੈਜ ਵਰਡਸ ਕਿਹੜੇ ਹੁੰਦੇ ਆ ਰਾਜੇ ਜਿਵੇਂ ਮੈਂ ਕਿਹਾ ਕਿ ਆਈ ਵਿਲ ਹੈਲਪ ਯੂ ਮੈਂ ਤੁਹਾਡੀ ਹੈਲਪ ਕਰੂੰਗੀ ਹਨਾ ਮੰਨ ਲਓ ਤੁਸੀਂ ਕਿਹਾ ਮੈਮ ਮੈਨੂੰ ਰੀਡਿੰਗ ਕਲੀਅਰ ਨਹੀਂ ਹੋ ਰਹੀ ਸੋ ਮੈਂ ਕਿਹਾ ਜੀ ਆਈ ਵਿਲ ਹੈਲਪ ਯੂ ਸੋ that means there are more chances like there are 96 97% chances that i'll help you ਹਣਾ ਦੂਸਰੇ ਕੇਸ ਦੇ ਵਿੱਚ ਕਹਾਂ ਮੈਂ ਕਿ ਆਈ ਮਾਈਟ ਹੈਲਪ ਯੂ ਹੁਣ ਮੈਨੂੰ ਵੀ ਨਹੀਂ ਪਤਾ ਵੀ ਮੈਂ ਕਰੂੰਗੀ ਕਿ ਨਹੀਂ ਹਾਂ ਸੋ ਆਪਣੇ ਕੋਲੇ ਜਿਹੜੇ ਹੈਜਰਡ ਹੁੰਦੇ ਆ ਉਹ ਡਿਲਿਊਟ ਕਰ ਦਿੰਦੇ ਆ ਤੁਹਾਡੀਆਂ ਸਟੇਟਮੈਂਟਸ ਨੂੰ ਡਿਲਿਊਟ ਕਰਨ ਦਾ ਕੀ ਮਤਲਬ ਹੈ ਉਹਨਾਂ ਦੇ ਅਸਰ ਨੂੰ ਘਟਾ ਦਿੰਦੇ ਆ ਹਨਾ ਜਿੱਦਾਂ ਆਪਾਂ ਰਾਈਟਿੰਗ ਕਰਦੇ ਆ ਮੈਂ ਹਮੇਸ਼ਾ ਕਹਿਣੀ ਹੁੰਦੀ ਆ ਬੀਪੀ 1 ਜਿਹੜਾ ਤੁਹਾਡਾ ਆਪੋਜ਼ਿਟ ਪੈਰਾ ਹੈਗਾ ਟਰਾਈ ਕਰੋ ਕਿ ਉਹਦੇ ਚ ਹੈਜ ਵਰਡਸ ਨੂੰ ਯੂਜ਼ ਕਰੋ ਕਿਉਂਕਿ ਲੈਂਥ ਤੇ ਆਪਾਂ ਸੇਮ ਹੀ ਰੱਖਦੇ ਆ ਆਲਮੋਸਟ 2 ਪੁਆਇੰਟਸ ਉਹਦੇ 2 ਪੁਆਇੰਟਸ ਉਹਦੇ ਹੈਜ ਵਰਡਸ ਕੀ ਕਰਦੇ ਹੈਗੇ ਆ ਉਹ ਸਟੇਟਮੈਂਟ ਨੂੰ ਡਿਲਿਊਟ ਕਰ ਦਿੰਦੇ ਆ ਜਿਹੜੀ ਤੁਹਾਡੀ ਆਪੋਜ਼ਿਟ ਸਟੇਟਮੈਂਟ ਹੈਗੀ ਹੈ ਠੀਕ ਹੈ ਹੁਣ ਜਿਵੇਂ ਇੱਥੇ ਇਹਨਾਂ ਨੇ ਕਿਹਾ ਨੈਕਸਟ ਆਪਾਂ ਪੈਰਾਗ੍ਰਾਫ ਪੜ੍ਹਦੇ ਹਾਂ ðiiz winner species are providing a valuable free service to madagascar as biological biological ਕੀ ਹੋ ਗਿਆ ਬਾਇਓਮਾਸ ਨੂੰ ਯੂਜ਼ ਕਰਕੇ ਮਤਲਬ ਜਿਉਂਦੀਆਂ ਚੀਜ਼ਾਂ ਨੂੰ ਯੂਜ਼ ਕਰਕੇ ਬਾਇਓਲੋਜੀਕਲ ਪੈਸਟ ਸਪਰੈਸਰ ਸਪਰੈਸਰ ਕੀ ਹੋ ਗਿਆ ਦਬਾ ਦੇਣਾ ਮਤਲਬ ਪੈਸਟ ਦੀਆਂ ਆਪਾਂ ਕਹਿ ਸਕਦੇ ਹਾਂ ਨੰਬਰਸ ਨੂੰ ਖਾ ਕੇ ਉਹਨਾਂ ਨੂੰ ਉਹਨਾਂ ਦੇ ਪ੍ਰਭਾਵ ਨੂੰ ਘੱਟ ਕਰ ਰਹੇ ਆ ਸਪਰੈਸ ਕਰ ਰਹੇ ਆ ਸੀਜ਼ ਰੋਚ ਆ we found that six species of bat are preying on rice pest including paddy swarming rat hun dekho a sara kuch aa gaya kede kedeyan cheezan de utte hege aa ha na we found six species of bat are preying on rice pest apan nu pata lagya ki jediyan hegiyan a 6 prajatiyan ne bats ne aa jediyan kide te prey kar riyan ne rice pest te naam das te રાઇસ પેસ્ટ ટુડે ਤੇ આਹੀ ਤੁਹਾਡਾ ਕੁਐਸਚਨ ਸੀਗਾ ਬੈਟ ਮੇ ਫੀਡ ਹੁਣ ਦੇਖੋ 6 ਪ੍ਰਜਾਤੀਆਂ ਨੇ 6 ਸਪੀਸੀਜ਼ ਨੇ ਸੋਰੀ ਹੁਣ 6 ਸਪੀਸੀਜ਼ ਹੋ ਗਈਆਂ ਹੋਰ ਕਿਸੇ ਤੇ ਵੀ ਫੀਡ ਕਰ ਸਕਦੀਆਂ ਨੇ ਉਹ ਬਟ ਇਹਨਾਂ ਦੇ ਉੱਤੇ ਵੀ ਫੀਡ ਕਰ ਰਹੀਆਂ ਨੇ ਸੋ ਆਪਣੇ ਕੋਲ ਆਨਸਰ ਕੀ ਆ ਗਿਆ ਟਰੂ ਹੁਣ ਇਥੋਂ ਤੱਕ ਆਪਣੇ ਹਰ ਪੈਰਾਗ੍ਰਾਫ ਚ ਆਨਸਰ ਮਿਲਣਦੇ ਆ ਅਸੀਂ ਹਨਾ ਹੁਣ ਆ ਦੇਖੋ ਤੁਹਾਡੀਆਂ ਜਿਹੜੀਆਂ ਫਿਲਿੰਗ ਦਾ ਬਲੈਂਕਸ ਨੇ ਆ ਏਮ ਵਾਲਾ ਪੈਰਾਗ੍ਰਾਫ ਤੁਹਾਨੂੰ ਪੜਨ ਦੀ ਲੋੜ ਨਹੀਂ ਹੈਗੀ ਜਿੱਥੇ ਵੀ ਇਹ ਹੋਊਗਾ ਕਿਉਂ ਪੜਨ ਦੀ ਲੋੜ ਨਹੀਂ ਹੈਗੀ ਕਿਉਂਕਿ ਤੁਹਾਡੇ ਟਰੂ ਫਾਲਸ ਡਨ ਹੋ ਗਏ ਆ ਫਿਲਿੰਗ ਦਾ ਬਲੈਂਕਸ ਦਾ ਆਨਸਰ ਲੱਭਣਾ ਜਿਹੜਾ ਕਿ ਕਿੱਥੇ ਮਿਲੂਗਾ ਮੈਥਡ ਵਾਲੇ ਪੈਰੇ ਚ ਆ ਵਾਲੀ ਜਿਹੜੀ ਵੀ ਸਟੇਟਮੈਂਟ ਹੋਊਗੀ ਤੁਸੀਂ ਯੂ ਵਿਲ ਨਾਟ ਬੀ ਰੀਡਿੰਗ दैट ਸਟੇਟਮੈਂਟ ਬਿਕਾਉਜ਼ 댓 ਊਡ ਬੀ ਐਨ ਇਰੈਲੇਵੈਂਟ ਹੁਣ ਆਪਣੇ ਕੋਲੇ ਕੀਵਰਡ ਕਿਹੜੇ-ਕਿਹੜੇ ਦੇਖਣੇ ਆ আল্ট্রাসੋਨਿਕ ਡੀਐਨਏ ਠੀਕ ਹੈ ਇਹਨਾਂ ਨੂੰ ਲੱਭਦੇ ਆ ਕਿੱਥੇ ਆ ਹੁਣ ਤੁਸੀਂ ਇੱਥੋਂ ਤੱਕ ਪੜ ਗਏ ਹਨਾ ਡਿਸਕਵਰ ਇਨਵੈਂਸ਼ਨਸ ਨਹੀਂ ਪਿੱਛੇ ਚੱਲ ਗਏ ਆਪਾਂ ਓਕੇ ਇੱਥੋਂ ਤੱਕ ਹੋ ਗਿਆ ਹੁਣ ਦੇਖੋ ਜਿਹੜੀ ਆ ਸਾਰੀ ਚੀਜ਼ ਹੈਗੀ ਆ ਡੈਮੇਜ ਹੁਣ ਇੱਥੇ ਡੈਮੇਜ ਬਾਰੇ ਗੱਲ ਕੀਤੀ ਆ ਅਗਰ ਆ ਇੱਥੇ ਦੇਖੀਏ ਟੀਮ ਸ ਹੈ ਸਟੇਟ ਆਫ ਆਰਟ ਹੁਣ ਦੇਖੋ ਆ ਵਰਡ ਤੁਹਾਨੂੰ ਧਿਆਇਆ আল্টਰਾਸੋਨਿਕ ਰੈਕੋਰਡਸ ਤਾਂ ਆ ਵਾਲੀ ਇਨਫੋਰਮੇਸ਼ਨ ਯੂ ਡੋਟ ਨੀਡ ਟੂ ਰੀਡ ਇਫ ਯੂ ਆ ਰੀਡਿੰਗ ਇਟ ਯੂ ਆ ਵੇਸਟਿੰਗ ਯੋਰ ਟਾਈਮ ਰਾਈਟ ਓਕੇ ਕਹਿੰਦੇ ਰੋਚਾ ਐਂਡ ਹਿਸ ਟੀਮ ਯੂਜ਼ਡ ਸਟੇਟ ਆਫ ਦਾ ਆਰਟ ਸਟੇਟ ਆਫ ਆਰਟ ਹੁਣ ਆ ਦੇਖੋ ਮੰਨ ਲਓ ਆ ਮੇਰਾ ਆਨਸਰ ਹੁੰਦਾ ਸਟੇਟ ਆਫ ਦਾ ਆਰਟ ਆ ਵਨ ਵਰਡ ਕਾਊਂਟ ਹੋਣਾ ਸੀ ਤੁਹਾਡਾ ਜਦ ਕਿ ਇਹਦੇ ਚ ਚਾਰ ਡਿਫਰੈਂਟ ਵਰਡਸ ਲਿਖੇ ਹੋਇਆ ਕਿਉਂਕਿ ਹਾਈਫਨ ਪਾਇਆ ਹਾਈਫਨ ਦੇ ਨਾਲ ਜਿਹੜੀਆਂ ਸਟੇਟਮੈਂਟਸ ਹੁੰਦੀਆਂ ਉਹਨਾਂ ਨੂੰ ਮੈਂ ਸਿੰਗਲ ਸਟੇਟਮੈਂਟ ਕਨਸੀਡਰ ਕਰਦੀ ਐ ਟੋ ਕਹਿੰਦੇ ਜਿਹੜੇ ਰੋਚਾ ਤੇ ਉਹਦੀ ਟੀਮ ਹੈਗੀ ਆ ਉਹਨਾਂ ਨੇ ਸਟੇਟ ਆਫ ਦਾ ਆਰਟ ਅਲਟਰਾਸੋਨਿਕ ਰਿਕਾਰਡਸ ਨੂੰ ਯੂਜ਼ ਕੀਤਾ ਟੂ ਰਿਕਾਰਡ ਓਵਰ 1000 ਬੈਟ ਫੀਲਿੰਗ ਬਜ਼ਸ ਹੁਣ ਆਪਾਂ ਵਰਡ ਪੜ੍ਹਨਾ ਹੈਗਾ ਡੀ ਐਨ ਏ ਤੁਸੀਂ ਦੇਖੋ ਇੱਥੇ ਤੁਹਾਨੂੰ ਵਰਡ ਲੱਭ ਰਿਹਾ ਆ ਡੀ ਐਨ ਏ ਇਥੋਂ ਮੈਨੂੰ ਪਤਾ ਲੱਗ ਗਿਆ ਮੈਂ ਆਂਸਰ ਦੇ ਨੇੜੇ ਆ ਠੀਕ ਹੈ ਬਟ ਜਿਹੜਾ ਮੇਰਾ ਮੇਨ ਕੀਵਰਡ ਕਿੱਥੇ ਆ ਡੀ ਐਨ ਏ ਆ ਰਿਹਾ ਦਾ ਨੈਕਸਟ ਦਾ ਨੈਕਸਟ ਯੂਜ਼ ਆਫ ਡੀ ਐਨ ਏ 바ਰ ਕੋਡਿੰਗ ਟੈਕਨੀਕਸ ਆ ਕੋਈ ਟੈਕਨੀਕ ਦਾ ਨਾਮ ਹੈ ਕੀ ਨਾਮ ਹੈ 바ਰ ਕੋਡਿੰਗ 바ਰ ਕੋਡਿੰਗ ਕਰਨੀ ਉਹਦੀ ਟੈਕਨੀਕ ਟੂ ਐਨਾਲਾਈਜ਼ ਡ੍ਰੌਪਿੰਗਸ ਕਲੈਕਟਡ ਫਰੋਮ ਬੈਟਸ ਐਟ ਡਿਫਰੈਂਟ ਸਾਈਟਸ ਡ੍ਰੌਪਿੰਗਸ ਕੀ ਹੋ ਗਈਆਂ ਰਾਜੇ ਡਰਾਪਿੰਗਸ ਮਤਲਬ ਬਾਟਸ ਨੇ ਹਨਾ ਉਥੇ ਜਿਹੜਾ ਹੈਗਾ ਆਪਣਾ ਐਕਸਕਰੀਟ ਆਊਟ ਕਰ ਰਿਹਾ ਹੈ ਤਾਂ ਉਹ ਜਿਹੜੀਆਂ ਡਰਾਪਿੰਗਸ ਹੈਗੀਆਂ ਉਹ ਜਿਹੜਾ ਗੰਦਮਲ ਆ ਰਿਹਾ ਹੈਗਾ ਉਹਨੂੰ ਕਲੈਕਟ ਕੀਤਾ ਗਿਆ ਤੇ ਉਹਨੂੰ ਕੀ ਕੀਤਾ ਗਿਆ ਉਹਨੂੰ ਯੂਜ਼ ਕੀਤਾ ਗਿਆ ਡੀਐਨਏ 바ਰ ਕੋਡਿੰਗ ਵਾਸਤੇ ਡੀਐਨਏ 바ਰ ਕੋਡਿੰਗ ਕੀ ਹੋ ਗਿਆ ਉਹਨਾਂ ਦਾ ਡੀਐਨਏ ਚੈੱਕ ਕਰ ਰਹੇ ਆਂ ਆਪਾਂ ਠੀਕ ਹੈ ਕਾਦੇ ਤੋਂ ਡਰਾਪਿੰਗਸ ਕਲੈਕਟਡ ਫਰੋਮ ਬਾਟਸ ਐਟ ਡਿਫਰੈਂਟ ਸਾਈਟਸ ਤਾਂ ਹੁਣ ਆਪਾਂ ਆਨਸਰ ਵਾਲੇ ਪਾਸੇ ਜਾਂਦੇ ਆਂ ਕੀ ਕਹਿੰਦੇ ਸੀ ਉਹ আল্ট্রাসনিক ਹੋ ਗਿਆ ਡੀਐਨਏ ਅਨਾਲਿਸਿਸ ਆਫ ਬੈਟ ਬੈਟ ਦੀ ਕਿਹੜੀ ਚੀਜ਼ ਆ ਬੈਟ ਦੀਆਂ ਡਰਾਪਿੰਗਸ ਦਾ ਡਰਾਪਿੰਗ ਕੀ ਹੋ ਗਿਆ ਬੈਟ ਹੋ ਸਕਦਾ ਬੈਟ ਜਿਹੜੇ ਹੈਗੇ ਆ ਐਕਸਕਰੀਟ ਕਰ ਰਹੇ ਆ ਜਿਹੜੀਆਂ ਵੀ ਚੀਜ਼ਾਂ ਉਹਨਾਂ ਦਾ ਉਹਨਾਂ ਨੇ ਕੀ ਕੀਤਾ ਡੀਐਨਏ ਅਨਾਲਿਸਿਸ ਕੀਤਾ ਕੀ ਰੀ ਟੈਕਨੀਕ ਦੁਆਰਾ 바ਰ ਕੋਡ ਟੈਕਨੀਕ ਦੁਆਰਾ ਠੀਕ ਹੈ ਜੀ ਡਨ ਹੋ ਗਿਆ ਮੈਥਡ ਆਪਾਂ ਨੇ ਠੀਕ ਹੈ ਉਸ ਤੋਂ ਬਾਅਦ ਦੇਖੋ ਤੁਹਾਨੂੰ ਕੀ ਕਹਿ ਰਹੇ ਆ ਹੁਣ ਆਪਾਂ ਅਗੇ ਫਾਈਂਡਿੰਗਸ ਵਾਲੇ ਪੈਰਾਗ੍ਰਾਫ ਤੇ ਫਾਈਂਡਿੰਗਸ ਵਾਲੇ ਦੇ ਦੇਖੋ ਵੀ ਆ ਵਰ ਮੋਸਟ ਐਕਟਿਵ ਇਨ ਰਾਈਸ ਫੀਲਡ ਲੋਕੇਟਡ ਔਨ ਦ ਬੈਟਸ ਵਰ ਹੁਣ ਇੱਥੇ ਸਾਰਿਆਂ ਤੋਂ ਪਹਿਲਾ ਸ਼ਬਦ ਦ ਬੈਟਸ ਹੈਗਾ ਦ ਬੈਟਸ ਵਰ ਮੋਰ ਐਕਟਿਵ ਇਨ ਰਾਈਸ ਫੀਲਡ ਲੋਕੇਟਡ ਔਨ ਹਿਲਸ ਇੱਥੇ ਮੇਰਾ ਕੀਵਰਡ ਕੀ ਹੈ ਹਿਲਸ ਪਰ ਆਪ ਲਾਈਨ ਨੂੰ ਮੈਂ ਪੜ੍ਹੂੰਗੀ ਨਹੀਂ ਠੀਕ ਹੈ ਫਿਰ ਕੀ ਕਹਿੰਦੇ ਦ ਬੈਟ ਏਟ ਪੈਸਟ ਆਫ ਰਾਈਸ ਡੈਸ਼ 슈ਗਰ ਕੇਨ ਨਟਸ ਐਂਡ ਫਰੂਟਸ ਉਹ ਦੇਖੋ ਇਹ ਸਾਰੇ ਨਾਉਨਾਂ ਰਾਈਸ 슈ਗਰ ਕੇਨ ਨਟਸ ਫਰੂਟਸ ਇੱਕ ਹੁਣ ਇੱਥੇ ਕਿਸੇ ਤਰ੍ਹਾਂ ਦੀ ਯੀਲਡ ਦੀ ਗੱਲ ਕੀਤੀ ਹੋਊਗੀ ਕਿਸੇ ਤਰ੍ਹਾਂ ਦੀ ਫਸਲ ਦੀ ਗੱਲ ਕੀਤੀ ਹੋਊ ਜਿਵੇਂ ਕਿ ਰਾਈਸ ਇੱਕ ਫਸਲ ਹੈ ਜਿਵੇਂ ਕਿ ਗੰਨਾ ਇੱਕ ਫਸਲ ਹੈ ਜਿਵੇਂ ਕਿ ਨਟਸ ਹੈਗੇ ਆ ਫਰੂਟਸ ਹੈਗੇ ਆ ਸੋ ਮੈਂ ਦੇਖਣਾ ਆ ਕੀ ਦੀ ਗੱਲ ਕਰ ਰਹੇ ਆ ਉਹ ਠੀਕ ਹੈ ਅਗਲਾ ਵੀ ਪੜ ਲੈਣੇ ਆ ਫਾਈਂਡਿੰਗ ਦੇ ਵਿੱਚ ਦਾ ਬੈਟਸ ਪ੍ਰਵੈਂਟ ਹੁਣ ਸਾਰਿਆਂ ਦੇ ਮੂਰੇ ਦਾ ਬੈਟਸ ਆ ਰਿਹਾ ਦਾ ਬੈਟਸ ਪ੍ਰਵੈਂਟ ਸਪਰੈਡ ਆਫ ਡਿਜ਼ੀਜ਼ बाईट एंड ब्लैक फ्लाईज ईटिंग बाई बाईटिंग डैश एंड बैकफ्लाईज हूँ देखो ईटिंग है ईटिंग का की मतलब हो गया खाना हम देखो खाना तोले वर्बा एंड तो बाद देखो राजे बैक ब्लैक फ्लाईज ਕਾਲੀਆਂ ਮੱਖੀਆਂ ਜਿਹੜੀਆਂ ਹੁੰਦੀਆਂ ਹਨ ਬਲੈਕ ਫਲਾਈਸ ਤੋਂ ਪਹਿਲਾਂ ਇੱਥੇ ਮੇਰੇ ਕੋਲ ਇੱਕ ਨਾਉਨ ਆਊਗਾ ਨਾਉਨ ਵੀ ਕੀ ਹੋਊਗਾ ਕੋਈ ਜੀਵ ਜੰਤੂ ਦਾ ਨਾਮ ਹੋਊਗਾ ਜਿਹਨੂੰ ਬੈਟਸ ਖਾਂਦੇ ਆ ਗੈਸ ਕਰੋ ਕਿਉਂ ਕਿ ਐਂਡ ਆ ਐਂਡ ਤੋਂ ਬਾਅਦ ਨਾਉਨ ਹੈ ਤਾਂ ਐਂਡ ਤੇ ਜਿਵੇਂ ਮੈਂ ਕਹਿੰਦੀ ਬੱਸ ਐਂਡ ਕਾਰ ਡਰਾਈਵਿੰਗ ਐਂਡ ਬੱਸ ਨਹੀਂ ਆਉਂਦਾ ਕਿਉਂ ਡਰਾਈਵਿੰਗ ਵਰਬ ਹੋਗੀ ਐਂਡ ਆ ਗਿਆ ਬੱਸ ਨਾਉਨ ਹੋ ਗਿਆ ਡਰਾਈਵਿੰਗ ਐਂਡ ਟਾਕਿੰਗ ਦੋਨੋ ਵਰਬਸ ਆ ਗਏ ਆ ਤਾਂ ਕੀ ਹੁੰਦਾ ਆ ਆਪਾਂ ਜਦੋਂ ਐਂਡ ਨਾਲ ਕਨੈਕਟ ਕਰਦੇ ਹੈਗੇ ਆ ਤੁਹਾਡਾ ਪੈਰਲੈਲਿਜ਼ਮ ਹੁੰਦਾ ਜਿਵੇਂ ਮੇਰੇ ਕੋ ਇਧਰ ਵਰਬ ਦੀ ਪਹਿਲੀ ਫਾਰਮ ਨਾਲ ਆਈ ਐਨ ਜੀ ਚੱਲਦੀ ਹੈ ਤਾਂ ਇਧਰ ਵੀ ਮੇਰੇ ਕੋ ਵਰਬ ਦੀ ਪਹਿਲੀ ਫਾਰਮ ਨਾਲ ਆਈ ਐਨ ਜੀ ਚੱਲੂਗੀ ਪਰ ਇੱਥੇ ਦੇਖੋ ਐਂਡ ਦੇ ਪਿੱਛੇ ਕੀ ਆ ਨਾਉਨ ਆ ਪਹਿਲਾਂ ਵੀ ਨਾਉਨ ਆਊਗਾ ਮਤਲਬ ਕਿਸੇ ਚੀਜ਼ ਦਾ ਨਾਮ ਦਿੱਤਾ ਹੋਊਗਾ ਹੁਣ ਮੈਨੂੰ ਦੋ ਪਤਾ ਗੱਲਾਂ ਪਤਾ ਲੱਗੀਆਂ ਇੱਥੇ ਵੀ ਇੱਕ ਨਾਉਨ ਆਣਾ ਹੈ ਇੱਥੇ ਵੀ ਇੱਕ ਨਾਉਨ ਆਣਾ ਹੈ ਇੱਥੇ ਇੱਕ ਫਸਲ ਦਾ ਨਾਮ ਆਉਣਾ ਹੈ ਇੱਥੇ ਕਿਸੇ ਕੀੜੇ ਮਕੌੜੇ ਦਾ ਨਾਮ ਆਉਣਾ ਜਿਹਨੂੰ ਬੈਠ ਕੇ ਕਰਦੇ ਆ ਠੀਕ ਆ ਜਣੇ ਹੁਣ ਆਪਾਂ ਵਾਪਸ ਆਪਣੇ ਪੈਰਾਗ੍ਰਾਫ ਦੇ ਉੱਤੇ ਤਾਂ ਹੁਣ ਤੁਸੀਂ ਦੇਖੋ ਆਪਾਂ ਨੂੰ ਹਿਲਜ਼ ਇੱਕ ਕੀਵਰਡ ਸੀਗਾ ਹਿਲਜ਼ ਤੋਂ ਅੱਗੇ ਆਪਣੇ ਕੋਲ ਆਨਸਰ ਹੈਗਾ ਹਨਾ ਉਹ ਕਹਿੰਦੇ ਇਟ ਰਿਕਾਰਡਿੰਗਸ ਰਿਵੀਲ ਥੈਟ ਬੈਟ ਐਕਟੀਵਿਟੀ ਓਵਰ ਦਾ ਰਾਈਸ ਫੀਲਡ ਵਾਸ ਮੱਚ ਹਾਇਰ ਦੈਨ ਇਟ ਵਾਸ ਕੰਟੀਨਿਊਸ ਫੋਰ ਅਸ ਉਹ ਕਹਿੰਦੇ ਬੈਟ ਦੀ ਐਕਟੀਵਿਟੀ ਜੰਗਲਾਂ ਦੇ ਮੁਕਾਬਲੇ ਜਿਹੜੀ ਹੈਗੀ ਆ ਰਾਈਸ ਫੀਲਡ ਦੇ ਉੱਤੇ ਜ਼ਿਆਦਾ ਸੀ 7 ਟਾਈਮਸ ਹਾਇਰ ਔਰ ਓਵਰ ਦਾ ਰਾਈਸ ਫੀਲਡ ਠੀਕ ਹੈ ਜੀ 7 ਗੁਣਾ ਜ਼ਿਆਦਾ ਸੀਗੀ ਠੀਕ ਆ ਉਹ ਕਹਿੰਦੇ ਐਂਡ 16 ਟਾਈਮਸ ਹਾਇਰ ਓਵਰ ਫੀਲਡ ਔਨ ਦਾ ਸਾਈਡਸ ਆਫ ਹਿੱਲ ਹਿੱਲ ਕੀ ਹੋ ਗਿਆ ਆਪਣੇ ਕੋਲੇ ਕੀਵਰਡ ਆ ਗਿਆ ਹਨਾ ਜਿਹੜੇ ਜੰਗਲਾਂ ਦੇ ਸੌਰੀ ਪਹਾੜੀਆਂ ਦੇ ਸਾਈਡਾਂ ਤੇ ਜਿਹੜੇ ਫੀਲਡ ਸੀ ਉੱਥੇ ਉਹਦੇ ਨਾਲੋਂ 16 ਗੁਣਾ ਜ਼ਿਆਦਾ ਸੀ ਸਾਨੂੰ ਫਰਕ ਨਹੀਂ ਪੈਂਦਾ ਲੀਵਿੰਗ ਨੋ ਡਾਊਟ ਥੈਟ ਐਨੀਮਲਸ ਆ ਪ੍ਰੈਫਰੈਂਸ਼ੀਅਲੀ ਫੋਰਜਿੰਗ ਆਫ ਥੀਸ ਮੈਨ-ਮੇਡ ਇਕੋਸਿਸਟਮ ਉਹ ਕਹਿੰਦੇ ਕਿ ਜਾਣ ਬੁਰਜ ਕੇ ਇਹਨਾਂ ਮੈਨ-ਮੇਡ ਇਕੋਸਿਸਟਮਸ ਨੂੰ ਬੈਟ ਯੂਜ਼ ਕਰ ਰਹੇ ਆ ਦ ਰਿਸਰਚਰ ਸੁਜੈਸਟ ਥੈਟ ਬੈਟ ਫੇਵਰ ਥੀਸ ਫੀਲਡ ਬਿਕੋਜ਼ ਆਫ ਲੈਕ ਆਫ ਕਿਹੜੀ ਚੀਜ਼ ਹੁਣ ਧਿਆਨ ਦਿਓ ਰਾਜੇ ਇੱਥੋਂ ਆਪਾਂ ਨੂੰ ਇੰਨਾ ਕਲੀਅਰ ਹੋ ਗਿਆ ਕਿ ਸਾਡਾ ਆਨਸਰ ਕੀ ਹੈ ਸਾਡਾ ਆਨਸਰ ਇੱਕ ਨਾਉਨ ਆ ਹਨਾ ਤਾਂ ਹੁਣ ਤੁਸੀਂ ਇੱਥੇ ਦੇਖੋ ਜੇ ਕੋਈ ਬੰਦਾ ਨਾਰਮਲੀ ਆ ਪੈਰੇ ਨੂੰ ਪੜੂਗਾ ਠੀਕ ਹੈ ਤੁਸੀਂ ਇੱਕ ਉੜਦੀ ਜੀ ਨਿਗਾ ਮਾਰੀ ਇਹਦੇ ਤੇ ਹੁਣ ਦੇਖੋ ਇੱਥੇ ਤੁਹਾਨੂੰ ਵਰਡ ਲੱਭ ਰਿਹਾ ਕ੍ਰੌਪਸ ਕ੍ਰੌਪਸ ਕੀ ਹੋਗੀਆਂ ਫਸਲ ਫਸਲਾਂ ਦੇ ਉਹਨਾਂ ਨਾਮ ਦਿੱਤੇ ਹੋਣੇ ਆ ਹਨਾ ਹੁਣ ਜਿੱਦਾਂ ਇਹਨਾਂ ਨੇ ਕਿਹਾ ਕ੍ਰੌਪਸ ਇਨਕਲੂਡਿੰਗ ਦਾ ਬਲੈਕ ਟਵਿਗ ਬੋਰਰ ਵਿਚ ਇਨਫੈਸਟ ਕਾਫੀ ਪਲਾਂਟਸ ਹੁਣ ਦੇਖੋ ਇੱਕ ਤਾਂ ਕਾਫੀ ਪਲਾਂਟ ਹੋ ਗਿਆ ਇੱਕ 슈ਗਰ ਕੇਨ ਹੋ ਗਿਆ ਇੱਕ ਨਟ ਹੋ ਗਏ ਇੱਕ ਸੋਬਾ ਟੈਰਿਫ ਫਰੂਟਸ ਹੋ ਗਏ ਆਹੀ ਨਾਮ ਦਿੱਤੇ ਸੀ ਉਹਨਾਂ ਨੇ ਹਨਾ ਆਪਣੇ ਕੋਲੇ ਕਿਹੜੀਆਂ-ਕਿਹੜੀਆਂ ਹੋ ਗਈਆਂ ਇਹਦੇ ਵਿੱਚੋਂ ਤੁਸੀਂ ਦੇਖੋ ਬਲੈਕ ਟਵਿਗ ਬੋਰਰ ਕੋਈ ਜਿਹੜਾ ਹੈਗਾ ਇਹਨਾਂ ਨੇ ਨਾਮ ਕੀ ਦਿੱਤੇ ਬੈਟਸ ਵਰ ਕੰਜ਼ਿਊਮਿੰਗ ਪੈਸਟ ਆਫ ਅਦਰ ਕ੍ਰੋਪਸ ਪੈਸਟਾਂ ਦੇ ਨਾਮ ਦਿੱਤੇ ਆ ਜਿਹੜਾ ਕਿ ਕਿਹੜੀ-ਕਿਹੜੀ ਫਸਲ ਤੇ ਉੱਤੇ ਪੈ ਰਹੇ ਹੈਗੇ ਆ ਹੁਣ ਦੇਖੋ 슈ਗਰ ਕੇਨ ਹੋ ਗਿਆ ਨੱਟ ਬੋਰਰ ਹੋ ਗਿਆ ਫਰੂਟਸ ਹੋ ਗਿਆ ਇੱਥੇ ਇੱਕ ਚੀਜ਼ ਰਹੇਗੀ ਕਾਫੀ ਕਾਫੀ ਕੀ ਆ ਨਾਉਨ ਹੈਗਾ ਹਨਾ ਆਪਾਂ ਇੱਥੇ ਫਸਲਾਂ ਦੇ ਨਾਮ ਹੀ ਦੇਣੇ ਸੀ ਦੇਖੋ 8 बेस्ट ऑफ राइस शुगर केन नट्स एंड फ्रूट्स ਤਾਂ ਕਿਹੜੀ ਚੀਜ਼ ਰਹਿ ਗਈ ਕਾਫੀ ਰਹਿ ਗਈ ਠੀਕ ਹੈ ਤਾਂ ਮੈਂ ਕੀ ਕੀਤਾ ਨਾਮ ਲਿਖਿਆ ਕਿਹੜੀ ਚੀਜ਼ ਦਾ ਜਿਹੜੀ ਰਹਿ ਗਈ ਠੀਕ ਹੈ ਹੁਣ ਉਸ ਤੋਂ ਅੱਗੇ ਦੇਖੋ ਅੱਗੇ ਉਹ ਕੀ ਕਹਿ ਰਹੇ ਹੈਗੇ ਆ ਈਟਿੰਗ ਡੈਸ਼ ਐਂਡ ਬਲੈਕ ਫਰਾਈਜ਼ ਹੁਣ ਉਹ ਕਹਿੰਦੇ ਕਿ ਹੁਣ ਦੇਖੋ ਇਸ ਤੋਂ ਬਾਅਦ ਕੀ ਹੋ ਗਿਆ ਦਾ ਇਫੈਕਟਿਵਨੈਸ ਆਫ ਬੈਸਟ ਬੈਟਸ as a pest control has already proven by this 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 ਆਪਾਂ ਨੂੰ ਕੁਝ ਹੁਣ ਆ ਜਿਹੜੀ ਚੀਜ਼ ਹੈਗੀ ਆ by the usa this ਆ ਕੋਸ਼ਿ 2 ਪੜਨ ਦੀ ਲੋੜ ਨਹੀਂ ਹੈਗੀ ਤੁਹਾਨੂੰ because it is irrelevant information ਜੇ ਤੁਸੀਂ ਇਹਨੂੰ ਰੀਡ ਕਰ ਰਹੇ ਹੋ ਯੂਅਰ ਵੇਸਟਿੰਗ ਯੂਅਰ ਟਾਈਮ अगेन ਠੀਕ ਹੈ ਬਟ ਆ ਸਟਡੀ ਫਸਟ ਟੂ ਸ਼ੋว์ ਥਿਸ ਹੈਪਨਿੰਗ ਇਨ ਮੈਡਾਗਾਸਕਰ ਵੇਅਰ ਸਟੇਕਸ ਫਾਰ ਬੋਥ ਫਾਰਮਰਸ ਐਂਡ conservators are high local people may have further reason to be grateful their bats while animal is often associated with spreading disease rocha and his team found evidence that madagascar bats feed not on not just on crop best bats but also on mosquitoes carries carriers of malaria rift valley fever virus and affidancies as well as black flies which spread ਹੁਣ ਦੇਖੋ ਆ ਵਰਡ ਤੇ ਲੱਗ ਗਿਆ ਹਨਾ black flies ਨੂੰ ਤਾਂ ਖਾ ਰਿਹਾ ਹੁਣ ਇਹਨਾਂ ਚੋਂ ਮੈਨੂੰ ਆ ਸਾਰੇ ਸ਼ਬਦਾਂ ਚੋਂ ਮੈਨੂੰ ਇੱਕ ਨਾਉਨ ਚਾਹੀਦਾ ਆ ਜਿਹਨੂੰ bats ਖਾ ਰਿਹਾ ਹੁਣ ਦੇਖੋ ਬੈਟ ਕਿਹਨੂੰ ਖਾ ਰਿਹਾ ਉਹ ਕਹਿੰਦੇ ਨਾ ਸਿਰਫ ਉਹ crop pest ਨੂੰ ਖਾ ਰਿਹਾ ਪਰ ਹੋਰ ਕਿਹਨੂੰ ਖਾ ਰਿਹਾ mosquitoes ਨੂੰ ਖਾ ਰਿਹਾ ਮੱਛਰਾਂ ਨੂੰ ਖਾ ਰਿਹਾ ਜਿਹੜੇ ਮਲੇਰੀਆ ਫਲਾ ਰਹੇ ਆ ਫੀਵਰ ਵਾਇਰਸ ਫਲਾ ਰਹੇ ਆ ਤੇ ਆ ਕੋਈ ਖਤਰਨਾਕ ਦੀ ਬਿਮਾਰੀ ਦਾ ਨਾਮ ਹੈ ਉਹਨੂੰ ਫਲਾ ਰਹੇ ਆ ਐਸ ਵੈਲ ਐਸ ਬਲੈਕ ਫਲਾਈਸ ਤਾਂ ਹੁਣ ਆਪਣੇ ਕੋਲੇ ਦੋ ਨਾਉਨ ਕਿਹੜੇ ਆ ਗਏ ਬਲੈਕ ਫਲਾਈਸ ਜਿਹੜੀਆਂ ਕਿਨੂੰ ਫਲਾ ਰੀਆਂ ਨੇ ਬਲਾਈਂਡਲੈਸ ਨੂੰ ਬਲਾਈਂਡਨੈਸ ਨੂੰ ਰਿਵਰ ਬਲਾਈਂਡਨੈਸ ਨੂੰ ਤੇ ਮੋਸਕੀਟੋਸ ਨੂੰ ਤਾਂ ਹੁਣ ਆਪਣੇ ਕੋਲੇ ਨਾਉਨ ਕੀ ਆ ਗਿਆ ਆਪਣੇ ਕੋਲੇ ਇੱਥੇ ਦੇਖੋ ਕੀ ਕਹਿੰਦੇ ਸੀ ਤੁਹਾਡੇ ਕੁਐਸਚਨ ਦੇ ਵਿੱਚ ਬੈਟ ਜਿਹੜੇ ਹੈਗੇ ਆ ਪ੍ਰिवेंट ਕਰ ਰਹੇ ਆ ਡਿਜ਼ੀਜ਼ ਬਾਏ ਈਟਿੰਗ ਸਾਰਿਆਂ ਤੋਂ ਪਹਿਲਾਂ ਕੀ ਸੀਗਾ ਮੋਸਕੀਟੋਸ ਦੇ ਬਲੈਕ ਫਲਾਈਸ ਪ੍ਰੋਪਰ ਨਾਉਨ ਆ ਗਏ ਦੋਨੋਂ ਠੀਕ ਐ ਨੈਕਸਟ ਦੇਖੋ ਲੋਕਲ ਐਟੀਟਿਊਡਸ ਟੂ ਬੈਟਸ ਆਰ ਮਿਕਸਡ ਲੋਕਾਂ ਦੀਆਂ ਭਾਵਨਾਵਾਂ ਬੈਟਸ ਨੂੰ ਲੈ ਕੇ ਮਿਕਸਡ ਹੈਗੀਆਂ ਕੀ ਮਿਕਸਡ ਹੈਗੀਆਂ ਦੇਖਦੇ ਆ ਆਪਣੇ ਕੁਐਸਚਨਸ ਕੀ ਕਹਿੰਦੇ ਆ ਦੇ ਪ੍ਰੋਵਾਈਡ ਫੂਡ ਬੈਟ ਜਿਹੜਾ ਪ੍ਰੋਵਾਈਡ ਕਰਦੇ ਆ ਫੂਡ ਰਿਚ ਇਨ ਡੈਸ਼ रिच इन फाइबर है ना रिच इन न्यूट्रिएंट्स ਇਦਾਂ ਦਾ ਕੋਈ ਆਨਸਰ ਆਊਗਾ ਜਿਹੜਾ ਫੂਡ ਹੈ ਬੈਕਸ ਦੁਆਰਾ ਪ੍ਰੋਵਾਈਡ ਕੀਤਾ ਜਾਂਦਾ ਉਹ ਕਿਸੇ ਚੀਜ਼ ਚ ਰਿਚ ਹੈ ਮਤਲਬ ਕੋਈ ਚੀਜ਼ ਦੀ ਕੁਆਂਟੀਟੀ ਆਫ ਫੂਡ ਚ ਜ਼ਿਆਦਾ ਆ ਠੀਕ ਹੈ ਬਿਲਡਿੰਗਸ ਵੇਰ ਦੇ ਰੂਟ ਦਾ ਦੇ ਰੂਸਡ ਰੂਸਡ ਮਤਲਬ ਬੇਸਿਕਲੀ ਜਿੱਥੇ ਬੈਕਸ ਰਹਿੰਦੇ ਆ ਸਾਨੂੰ ਪਤਾ ਜਿੱਥੇ ਬੈਟਸ ਰਹਿੰਦੇ ਆ ਬਹੁਤ ਗੰਦੀ ਸਮੈਲ ਆਉਂਦੀ ਹੈਗੀ ਆ ਅਮੋਨੀਆ ਹੁੰਦਾ ਹੈਗਾ ਉਹਨਾਂ ਦੇ ਐਕਸਕਰੀਟਡ ਆਊਟ ਮਟੀਰੀਅਲ ਦੇ ਵਿੱਚ ਉਹ ਕਹਿੰਦੇ ਦ ਬਿਲਡਿੰਗਸ ਵੇਰ ਦੇ ਰੂਸਡ ਰੂਸਡ ਕਰਨ ਦਾ ਮਤਲਬ ਹੁੰਦਾ ਰਾਜੇ ਤੁਸੀਂ ਉਹ ਦੇਖਿਆ ਹੋਣਾ ਟਾਣੀ ਜੀ ਦੇ ਉੱਤੇ ਪੰਛੀ ਬੈਠੇ ਹੁੰਦੇ ਆ ਹਨਾ ਉਹ ਜਿਹੜੀ ਟਾਣੀ ਹੈਗੀ ਆ ਤੇ ਬੈਗਸ ਕੀ ਕਰਦੇ ਉਹ ਚੀਜ਼ ਤੋਂ نیچے ਲਟਕਦੇ ਆ ਤਾਂ ਉੱਥੇ ਜਿਹੜਾ ਰੂਸਟ ਕਰਦੇ ਆ ਜਿੱਥੇ ਉਹ ਰੂਸਟ ਕਰਦੇ ਆ ਉਹ ਬੇਕਮ ਹੋ ਜਾਂਦੀਆਂ ਨੇ ਕੁਝ ਹੋ ਜਾਂਦੀਆਂ ਨੇ ਦੇ ਪਲੇ ਐਨ ਇੰਪੋਰਟੈਂਟ ਰੋਲ ਇਨ ਲੋਕਲ ਡੈਸ਼ ਇੱਥੇ ਤਾਂ ਮੈਂ ਤੁੱਕਾ ਵੀ ਲਾ ਸਕਦੀ ਹਾਂ ਜੇ ਮੈਨੂੰ ਪੇਪਰ 'ਤੇ ਨਾ ਵੀ ਲੱਭਿਆ ਮੈਂ ਦਾ ਆਨਸਰ ਕਲਚਰ ਲਿਖ ਕੇ ਆਉਣਾਗਾ ਉਹ ਕਹਿੰਦੇ ਦੇ ਪਲੇ ਇੰਪੋਰਟੈਂਟ ਰੋਲ ਇਨ ਲੋਕਲ ਕਲਚਰ ਗੈਸ ਆ ਠੀਕ ਆ ਦੇਖਦੇ ਆ ਹੁਣ ਅੱਗੇ ਉਹ ਕੀ ਕਹਿੰਦੇ ਹੁਣ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਕਿਹਾ ਹੈਗਾ ਕਿ ਉਹਦਾ ਰਿਲੇਸ਼ਨਸ਼ਿਪ ਕਿਦਾਂ ਦਾ ਆ ਹੈਨਾ ਤਾਂ ਮਿਕਸਡ ਸੀ ਤਾਂ ਇੱਥੇ ਵਰਡ ਦੇਖੋ ਪੁਆਇੰਟਸ ਆਊਟ ਦੈਟ ਰਿਲੇਸ਼ਨਸ਼ਿਪ ਇਜ਼ ਕੰਪਲਿਕੇਟਿਡ ਕੰਪਲਿਕੇਟਿਡ ਦਾ ਉੱਥੇ ਸਿਨਨਮ ਕੀ ਲਿਖਿਆ ਹੈਗਾ ਉਹਨਾਂ ਨੇ ਮਿਕਸਡ ਕਿ ਇਹਨਾਂ ਦਾ ਲੋਕਾਂ ਦੇ ਨਾਲ ਜਿਹੜਾ ਜਿਹੜਾ ਉਹ ਹੈਗਾ ਮਤਲਬ ਰਿਲੇਸ਼ਨ ਹੈਗਾ ਉਹ ਮਿਕਸਡ ਹੈਗਾ ਵੈਨ ਫੂਡ ਇਜ਼ ਸਕਅਰ ਫੂਡ ਜਦੋਂ ਫੂਡ ਦੀ ਕਮੀ ਹੋ ਜਾਂਦੀ ਹੈ ਬੈਕਸ ਬਿਕਮ ਕਰੂਸ਼ੀਅਲ ਸੋਰਸ ਆਫ ਪ੍ਰੋਟੀਨ ਫਾਰ ਲੋਕਲ ਪੀਪਲ ਹੁਣ ਦੇਖੋ ਪ੍ਰੋਟੀਨ ਆਪਣਾ ਆਨਸਰ ਆ ਆਪਾਂ ਨੂੰ ਉਹਨਾਂ ਨੇ ਕਿਹਾ ਸੀ ਦੇ ਪ੍ਰੋਵਾਈਡ ਫੂਡ ਵਿਚ ਇਜ਼ ਰਿਚ ਇਨ ਜਿਹਦੇ ਤੇ ਜ਼ਿਆਦਾ ਮਾਤਰਾ ਕਾਦੀ ਹੁੰਦੀ ਆ ਜ਼ਿਆਦਾ ਮਾਤਰਾ ਕਾਦੀ ਹੁੰਦੀ ਆ ਪ੍ਰੋਟੀਨ ਦੀ ਹੁੰਦੀ ਆ ਸੋ ਆਪਣੇ ਕੋਲ ਆਨਸਰ ਕੀ ਆ ਗਿਆ ਫੂਡ ਰਿਚ ਇਨ ਪ੍ਰੋਟੀਨ ਨੈਕਸਟ ਦੇਖੋ ਦਾ ਬਿਲਡਿੰਗਸ ਵੇਅਰ ਦੇ ਰੂਸਟ ਬਿਕਮ ਡੈਸ਼

sometimes roosted in buildings 키워ਡ ਤੇ ਆ ਗਿਆ ਕਦੇ ਕਦੇ ਬੈਟਸ ਕੀ ਕਰਦੇ ਆ ਬਿਲਡਿੰਗਸ ਦੇ ਵਿੱਚ ਰਹਿੰਦੇ ਆ ਬਟ ਆਰ ਨਾਟ ਵੈਲਕਮਡ देयर ਉਹਨਾਂ ਨੂੰ ਉੱਥੇ ਬੁਲਾਇਆ ਨਹੀਂ ਜਾਂਦਾ ਕਿਉਂ ਮਤਲਬ ਵੈਲਕਮ ਨਹੀਂ ਕੀਤਾ ਜਾਂਦਾ ਬਿਕੋਜ਼ ਦੇ మేక్ देम ਅਨਕਲੀਨ ਤਾਂ ਬਿਲਡਿੰਗਾਂ ਨੂੰ ਕੀ ਕਰ ਦਿੰਦੇ ਆ ਗੰਦਾ ਕਰ ਦਿੰਦੇ ਆ ਦੱਸਣ ਦੀ ਲੋੜ ਨਹੀਂ ਸਾਨੂੰ ਹਨ ਸਾਨੂੰ ਆਲਰੇਡੀ ਪਤਾ ਹੈ ਇੱਥੇ ਹੁਣ ਤੁਸੀਂ ਦੇਖੋ ਕਿ ਆਪਣੀਆਂ ਜਿਹੜੀਆਂ ਬਿਲਡਿੰਗਸ ਨੂੰ ਉਹ ਕੀ ਕਰ ਦਿੰਦੇ ਹੈਗੇ ਆ ਅਨਕਲੀਨ ਕਰ ਦਿੰਦੇ ਆ ਤੇ ਤੁਹਾਡਾ ਆਨਸਰ ਵੀ ਆਪਣੇ ਕੋਲ ਕੀ ਆ ਗਿਆ ਦਾ ਬਿਲਡਿੰਗਸ ਵੇਅਰ देयर ਰੂਟ ਬਿਕਮ ਅਨਕਲੀਨ ਉਹ ਬਿਲਡਿੰਗਾਂ ਜਿੱਥੇ ਬੈਟਸ ਰਹਿੰਦੇ ਆ ਉਹ ਕੀ ਹੋ ਜਾਂਦੀਆਂ ਨੇ ਗੰਦੀਆਂ ਹੋ ਜਾਂਦੀਆਂ ਨੇ ਅਨਕਲੀਨ ਹੋ ਜਾਂਦੀਆਂ ਨੇ ਦੇ ਪਲੇ ਐਨ ਇੰਪੋਰਟੈਂਟ ਰੋਲ ਇਨ ਲੋਕਲ ਡੈਸ਼ ਚਲੋ ਆਪਾਂ ਅੱਗੇ ਚੱਲਦੇ ਹੈਗੇ ਆ ਮਤਲਬ ਪਿੱਛੇ ਚੱਲਦੇ ਆ ਉਸ ਤੋਂ ਬਾਅਦ ਉਹ ਕੀ ਕਹਿੰਦੇ ਐਟ ਦ ਸੇਮ ਟਾਈਮ ਹਾਊ ਐਵਰ ਦੇ ਆਰ ਐਸੋਸੀਏਟਡ ਵਿਦ ਸੈਕ੍ਰੇਟ ਕੇਵਸ ਸੈਕ੍ਰੇਟ ਕੀ ਹੋ ਗਈਆਂ ਪਵਿੱਤਰ ਉਹਨਾਂ ਨੂੰ ਪਵਿੱਤਰ ਗੁਫਾਵਾਂ ਨਾਲ ਜੋੜ ਕੇ ਦੇਖਿਆ ਜਾਂਦਾ ਆ ਐਂਡ ਦਾ ਐਂਸੈਸਟਰਸ ਤੇ ਆਪਣੇ ਪੂਰਵਜਾਂ ਨਾਲ ਜੋੜਿਆ ਜਾਂਦਾ ਵੀ ਆ ਚਮਗਾਦਰ ਸਾਡਾ ਬਾਪੂ ਐ ਫਾਨੀ ਸੋ ਦੇ ਕੈਨ ਬੀ ਵਿਊਡ ਐਸ ਬੀਇੰਗ ਐਸ ਬੀਇੰਗਸ ਬਿਟਵੀਨ ਦਾ ਵਰਲਡਸ ਵਿਚ ਮੇਕ ਥੈਮ ਵੈਰੀ ਸਿਗਨੀਫੀਕੈਂਟ ਇਨ ਦਾ ਕਲਚਰ of the people ਤਾਂ ਸੋ ਆਪਣਾ ਤਾਂ ਕਸਾ ਹੀ ਸੀ ਤਾਂ ਉਹ ਕਾਦੇ ਇੰਪੋਰਟੈਂਟ ਪਾਰਟ ਬਣ ਜਾਂਦੇ ਹੈਗੇ ਰਾਜੇ ਲੋਕਲ ਕਲਚਰ ਦਾ ਕਿਉਂ ਕਿਉਂਕਿ ਉਹਨਾਂ ਨੂੰ ਪੂਰਵਜਾਂ ਨਾਲ ਜੋੜ ਕੇ ਦੇਖਿਆ ਜਾਂਦਾ ਉਸ ਤੋਂ ਬਾਅਦ ਆ ਗਈਆਂ ਰეკਮੈਂਡੇਸ਼ਨ ਲਾਸਟ ਕੁਐਸਚਨ ਹੈ ਤਾਂ ਇਸ ਪਰਸਨ ਨੇ ਸਾਨੂੰ ਕੀ ਰეკਮੈਂਡ ਕੀਤਾ ਆ ਉਹ ਕਹਿੰਦੇ ਦਾ ਫਾਰਮਰਸ ਸ਼ੁੱਡ ਪ੍ਰੋਵਾਈਡ ਸਪੈਸ਼ਲ ਡੈਸ਼ ਟੂ ਸਪੋਰਟ ਦਾ ਬੈਟ ਪੋਪੂਲੇਸ਼ਨ ਫਾਰਮਰਸ ਨੂੰ ਕੁਝ ਪ੍ਰੋਵਾਈਡ ਕਰਨਾ ਚਾਹੀਦਾ ਹਨ ਜਿੱਦਾਂ ਘਰ ਪ੍ਰੋਵਾਈਡ ਕਰਨੇ ਆਪਦੇ ਘਰ ਨਹੀਂ ਚਲੋ ਠੀਕ ਹੈ ਫਾਰਮਰਸ ਸ਼ੁੱਡ ਪ੍ਰੋਵਾਈਡ ਸਪੈਸ਼ਲ ਡੈਸ਼ ਤਾਂ ਸਪੈਸ਼ਲ ਡੈਸ਼ ਦੀ ਆਪਾਂ ਗੱਲ ਕਰਨੀ ਹੈਗੀ ਆ ਐਂਡ ਵਨ ਪੋਟੈਂਸ਼ੀਅਲ ਪ੍ਰੋਬਲਮ ਇਜ਼ ਥੈਟ ਵੈਲ ਥੀਸ ਬੈਟਸ ਆਰ ਬੈਨੀਫਿਟਿੰਗ ਫॉर ਫਾਰਮਿੰਗ ਐਟ ਦ ਸੇਮ ਟਾਈਮ ਡੀਫੋਰੈਸਟੇਸ਼ਨ ਇਜ਼ ਰਿਡਿਊਸਿੰਗ ਪਲੇਸਿਸ ਵੇਅਰ ਦੇ ਕੈਨ ਰੂਸਟ ਆਬਵੀਅਸਲੀ ਜੰਗਲਾਂ ਦਾ ਕੱਟਣ ਨਾਲ ਉਹਨਾਂ ਨੂੰ ਰਹਿਣ ਲਈ ਜਗ੍ਹਾ ਨਹੀਂ ਮਿਲ ਰਹੀ ਵਿਚ ਕੁਡ ਹੈਵ ਲੌਂਗ ਟਰਮ ਇਫੈਕਟ ਔਨ ਥੇਅਰ ਨੰਬਰ ਜਿਹਦੇ ਕਰਕੇ ਉਹਨਾਂ ਦੇ ਨੰਬਰ ਦੇ ਉੱਤੇ ਜ਼ਿਆਦਾ ਅਸਰ ਪਾਊਗਾ ਵਿਦ ਦਾ ਰਾਈਟ ਹੈਲਪ ਵੀ ਹੋਪ ਥੈਟ ਫਾਰਮਰਸ ਕੈਨ ਪ੍ਰੋਪਰਮੋਟ ਦਿਸ ਮਿਊਚੁਅਲੀ ਬੈਨੇਫੀਸ਼ੀਅਲ ਮਿਊਚੁਅਲੀ ਬੈਨੇਫੀਸ਼ੀਅਲ ਸਾਰਿਆਂ ਨੂੰ ਬੈਨੇਫਿਟ ਹੋ ਰਿਹਾ ਰਿਲੇਸ਼ਨਸ਼ਿਪ ਬਾਏ ਇਨਸਟਾਲਿੰਗ ਬੈਟ ਹਾਊਸਸ ਜੇ ਮੈਂ ਪੂਰਾ ਆਨਸਰ ਲਿਖਣਾ ਹੁੰਦਾ ਬੈਟ ਹਾਊਸਸ ਹੋਣਾ ਸੀ ਬਟ ਕਿਉਂਕਿ ਮੇ ਕੋਲ ਵਨ ਵਰਡ ਹੈਗਾ ਤਾਂ ਬੈਟਸ ਨੂੰ ਆਪਾਂ ਕੀ ਪ੍ਰੋਵਾਈਡ ਕਰ ਰਹੇ ਹੈਗੇ ਆ ਬੈਟਸ ਨੂੰ ਆਪਾਂ ਘਰ ਪ੍ਰੋਵਾਈਡ ਕਰ ਰਹੇ ਆ ਤਾਂ ਆਪਣਾ ਆਨਸਰ ਕੀ ਆ ਗਿਆ ਹਾਊਸਸ ਬੈਟ ਹਾਊਸਸ ਦੀ ਜਗ੍ਹਾ ਤੇ ਇਹਨਾਂ ਨੇ ਕੀ ਲਿਖ ਲਿਆ ਸਪੈਸ਼ਲ ਹਾਊਸਸ ਠੀਕ ਹੈ ਸੋ ਇਹਦੇ ਨਾਲ ਰਾਜੇ ਤੁਹਾਡਾ ਫਰਸਟ ਪੈਰਾਗ੍ਰਾਫ ਕਲੀਅਰ ਹੋ ਗਿਆ ਆਈ ਹੋਪ ਤੁਹਾਨੂੰ ਸਾਰਾ ਪੈਰਾਗ੍ਰਾਫ ਕਲੀਅਰ ਹੋ ਗਿਆ ਹੋਵੇ ਜੇ ਕੋਈ ਵੀ ਡਾਊਟ ਹੈਗੀ ਆ ਰਾਈਟ ਡਾਊਨ ਇਟ ਇਨ ਦਾ ਕਮੈਂਟ ਸੈਕਸ਼ਨ ਆਈਲ ਟ੍ਰਾਈ ਟੂ ਆਨਸਰ ਯੂਰ ਆਲ ਕੁਐਰੀਜ਼ ਦੈਟਸ ਆਲ ਫਾਰ ਟੁਡੇਜ਼ ਕਲਾਸ ਥੈਂਕ ਯੂ एवरीवन ਫਾਰ ਜੁਆਇਨਿੰਗ ਅਸ